ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਵੀਰ ਸੁਣਨੇ ਵਾਲੇ ਸਾਰਿਆਂ ਨੂੰ ਜੈ ਭਿੰਮ ਜੈ ਭਾਰਤ ਇਨਸਾਨੀਅਤ ਜਿੰਦਾਬਾਦ ਤਿੰਨ ਮਹੀਨੇ ਤੋਂ ਥੋੜਾ ਜਿਹਾ ਪ੍ਰੋਬਲਮ ਚੱਲ ਰਹੇ ਆ ਪਰ ਸੰਘਰਸ਼ ਨਹੀਂ ਛੱਡਿਆ ਇਸ ਕਰਕੇ ਜਿੰਨੇ ਵੀ ਗੱਲਬਾਤ ਮੈਂ ਕਰਨੀ ਆ ਥੋੜੇ ਸਮੇਂ ਚ ਕੰਨ ਦੀ ਕੋਸ਼ਿਸ਼ ਕਰਨੀ ਆ ਮੇਰਾ ਵੀਰੋ ਕਿਉਂਕਿ ਸਿਹਤ ਠੀਕ ਨਹੀਂ ਹੈਗੀ ਫਿਰ ਵੀ ਕੁਝ ਜਿਹੇ ਵਿਸ਼ੇ ਹੁੰਦੇ ਆ ਜਿਨ੍ਹਾਂ ਤੇ ਗੱਲ ਲਿਖ ਕੇ ਨਹੀਂ ਕੀਤੀ ਜਾ ਸਕਦੀ ਤੇ ਮੈਂ ਆਪਣੇ ਭਰਾਵਾਂ ਦੇ ਨਾਲ ਹਮੇਸ਼ਾ ਸਾਹ ਚ ਪਾਈ ਐ ਤੇ ਕਈਆਂ ਵੀਰਾਂ ਨੇ ਮੈਨੂੰ ਕਿਹਾ ਵੀ ਸੀਗਾ ਭਈ ਦੀਵਾਲੀ ਤੇ ਦਸਹਿਰੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਲਾਈਵ ਜ਼ਰੂਰ ਹੋ ਲੋ ਦੇਖੋ ਵੀਰੋ ਪਹਿਲਾਂ ਤਾਂ ਮੈਂ ਕਲੀਅਰ ਗੱਲ ਕਰ ਦਵਾਂ ਕਿ ਜਿਹੜੇ ਮਨਮਤੀ ਤਿਉਹਾਰ ਵਾ ਨਾ ਉਹ ਜਿੰਨੇ ਮਰਜ਼ੀ ਮਨਾਈ ਜਾਓ ਨਾ ਮਨਾਈ ਜਾਓ ਆਪਣਾ ਕੋਈ ਫਾਇਦਾ ਨਹੀਂ ਹੋਣਾ ਹੋਣਾ ਨੁਕਸਾਨ ਹੀ ਆਈ ਇਹ ਸਾਨੂੰ ਵੀ ਪਤਾ ਸੀ ਵੀ ਉਹਨਾਂ ਚੀਜ਼ਾਂ 'ਚ ਰਹੇ ਆ ਤੇ ਇਸ ਕਰਕੇ ਥੋੜੇ ਵਿੱਚ ਗੱਲਾਂ ਇਦਾਂ ਦੀਆਂ ਮੈਂ ਕਰੂੰਗਾ ਜਿਹੜੇ ਬਾਹਲੇ ਮੁਰਖਾਂ ਦੇ ਵਿੱਚ ਤੋਹਾਰ ਮਨਾਏ ਜਾਂਦੇ ਆ ਕਿ ਜਿੱਦਾਂ ਸਾਡੇ ਨਾ ਇੱਕ ਮੈਂ ਛੋਟੀ ਜੀ ਗੱਲ ਇੱਕ ਦਿਨ ਮੈਂ ਇੱਕ ਦਿਨ ਪੰਪਕੀਨ ਦਾ ਤਿਉਹਾਰ ਮਨਾਉਂਦੇ ਆ ਉਹ ਕੱਦੂ ਦਾ ਉਹ ਬਣਾਇਆ ਹੁੰਦਾ ਉਹਨਾਂ ਨੇ ਉਹਨਾਂ ਨੂੰ ਉਹ ਸਿਰਫ ਇੰਜੋਏਮੈਂਟ ਲਈ ਹੁੰਦੇ ਆ ਮਤਲਬ ਇੱਕ ਪਿਕਨਿਕ ਸਪੌਟ ਇਨ ਨਿਆਣੇ ਨਾਲ ਇੰਜੋਏ ਕਰਨਾ ਕੋਈ ਉਹਨਾਂ ਦੇ ਕੋਈ ਫੈਸਟੀਵਲ ਉਹਨਾਂ ਦੇ ਨਾਲ ਕੋਈ ਕਰਮਕਾਂਡ ਨਹੀਂ ਜੁੜਿਆ ਆ ਮਤਲਬ ਜਿਹੜੇ ਨਿਆਣੇ ਬੱਚੇ ਕੋਈ ਵੀ ਦਿਨ ਮਨਾਉਂਦੇ ਆ ਪਰ ਜਿਹੜੇ ਸਾਡੇ ਲੋਕ ਜਿਹੜੇ ਮਨਾਉਂਦੇ ਆ ਨਾ ਉਹਨਾਂ ਦੇ ਨਾਲ ਬਕਾਇਦਾ ਕਹਾਣੀਆਂ ਜੋੜੀਆਂ ਗਈਆਂ ਆ ਸੁਰ ਅਸੁਰਾਂ ਦੀਆਂ ਠੀਕ ਹੈ ਸਾਡੇ ਲੋਕਾਂ ਨੂੰ ਕੀ ਬਣਾਇਆ ਗਿਆ ਤੇ ਆਪਣੇ ਆਪ ਨੂੰ ਦੇਵਤੇ ਬਣਾਇਆ ਗਿਆ ਤੇ ਸਾਨੂੰ ਰਾਖਸ਼ ਬਣਾਇਆ ਗਿਆ ਇਹ ਅੱਜ ਵੀ ਉਹੀ ਸਿਸਟਮ ਆ ਉਹ ਦੇਵਤੇ ਆ ਵੱਡੀਆਂ ਪੋਸਟਾਂ ਤੇ ਬਹਿ ਕੇ ਦੇਵਤੇ ਬਣਿਓ ਆ ਤੇ ਸਾਨੂੰ ਉਹਨਾਂ ਨੇ ਜਦ ਤੱਕ ਅਸੀਂ ਲੜ ਰਹੇ ਆ ਜਾਂ ਮਰ ਰਹੇ ਆ ਤੇ ਜਾਂ ਫਿਰ ਉਹ ਸਾਨੂੰ ਉਹ ਉਹਨਾਂ ਨੇ ਅੱਜ ਵੀ ਉਹੋ ਹੀ ਚੀਜ਼ ਬਣਾਈ ਹੋਰ ਅੱਤਵਾਦੀ ਕਹਿ ਲਓ ਜੋ ਮਰਜ਼ੀ ਕਹਿ ਲਓ ਉਹ ਉਹ ਲੋਹੇ ਲਵਜਾਂ ਚ ਉਹਨਾਂ ਨੂੰ ਰਾਕਸ਼ਸ ਹੀ ਕਹਿੰਦੇ ਆ ਇਸ ਕਰਕੇ ਛਿੱਧੀਆਂ ਜੀਆਂ ਗੱਲਾਂ ਕਰੂੰਗਾ ਛੇਤੀ ਸਮਝ ਲਿਓ ਕਿਉਂ ਸਿਹਤ ਠੀਕ ਨਹੀਂ ਹੈਗੀ ਮੇਰੀ ਤੇ ਮੈਂ ਆਪਣਾ ਬਹੁਤਾ ਤੁਹਾਨੂੰ ਇਹ ਵੀ ਨਹੀਂ ਕਿਸੇ ਨੂੰ ਆਪਣੇ ਮੇਰੇ ਵੀਰ ਸਾਰੇ ਜਾਣਦੇ ਆ ਕਿ ਮੈਂ ਰਹਿ ਨਹੀਂ ਸਕਦਾ ਕੋਈ ਵੀ ਕਿਤੇ ਵੀ ਬਾਬਾ ਸਾਹਿਬ ਦੀ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਦੀ ਗੱਲ ਹੋਵੇ ਕੋਈ ਪ੍ਰੋਟੈਸਟ ਹੋਵੇ ਕਿਸੇ ਤਰੀਕੇ ਦੀ ਵੀ ਕੋਈ ਵੀ ਆਪਾਂ ਉੱਥੇ ਜਾਣੀ ਪ੍ਰੈਕਟੀਕਲ ਵੀ ਜਿੰਨਾ ਹੋ ਸਕੇ ਜਾਈਦਾ ਤੇ ਮੈਂ ਆਪਣੇ ਸਪਸ਼ਟੀਕਰਨ ਨਹੀਂ ਦੇਣ ਨੂੰ ਇੱਥੇ ਇਸ ਵੇਲੇ ਲਾਈਵ ਹੋਇਆ ਉਹ ਵੀਰਾਂ ਨੇ ਕਿਹਾ ਸੀਗਾ ਕਿ ਫੈਸਟੀਵਲਾਂ ਦੇ ਉੱਤੇ ਜਿਹੜੇ ਆ ਰਹੇ ਆ ਸਾਡੇ ਲੋਕਾਂ ਨੂੰ ਗਰੀਬ ਤੋਂ ਲੈ ਕੇ ਅਮੀਰ ਤੱਕ ਬਾਹਮਣ ਬਾਣੀਆਂ ਨੇ ਪੈਸੇ ਕਮਾਉਣੇ ਆ ਸਾਰਿਆਂ ਨੇ ਦੁਕਾਨਾਂ ਲਾਉਣੀਆਂ ਸਾਡੇ ਲੋਕੀ ਜਿਹੜੇ ਛੂਦਰ ਲੋਕ ਆ ਨੀਚ ਅਤਨੀਚ ਜਿਹੜੇ ਥੋੜੇ ਤੋਂ ਥੋੜੇ ਵੀ ਪੈਸੇ ਕਮਾਉਂਦੇ ਆ ਦਿਵਾਲੀ ਵਾਲੇ ਦਿਨ ਉਹਨਾਂ ਨੂੰ 500 700 1000 2000 ਰੁਪਏ ਉਹ ਜ਼ਰੂਰ ਖਰਚਣਗੇ ਉਹਨਾਂ ਨੂੰ ਕੋਈ ਮਤਲਬ ਨਹੀਂ RAM ਨੇ ਕੁਝ ਵੀ ਨਹੀਂ ਸਵਾਰਿਆ ਕਿਸੇ ਦਾ ਕੁਝ ਵੀ ਨਹੀਂ ਸਵਾਰਿਆ ਸ਼ੰਭੂ ਗ੍ਰਿਸ਼ੀ ਨੂੰ ਉਹਨੇ ਮਾਰਿਆ ਸਾਡੇ ਬਜ਼ੁਰਗ ਨੂੰ ਰਾਵਣ ਮਹਾਤਮਾ ਸੀਗਾ ਠੀਕ ਹੈ ਇਹ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਇਹ 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 ਸਾਰਾ ਕੁਝ YouTube ਤੇ ਮਿਲ ਜਾਣਾ ਗੱਲ ਕਹਿਣੀ ਕਿਆ ਕਿਦਾਂ ਤੁਸੀਂ ਨਾ ਚੁੰਦੇ ਹੋ ਵੀ ਜੇ ਕੋਈ ਕਿਸੇ ਦੀ ਡੈਥ ਹੋਈ ਹੋਵੇ ਮੌਤ ਹੋਈ ਹੋਵੇ ਫਿਰ ਅਸੀਂ ਦੀਵਾਲੀ ਜਾਨੀ ਗਵਾਂਢ ਦੇ ਵਿੱਚ ਦੀਵਾ ਨਹੀਂ ਬਾਲਦੇ 700 ਕਹਿੰਦੇ ਕਿਸਾਨ ਮਰ ਗਿਆ ਹਜ਼ਾਰਾਂ ਗਿਣਤੀ ਦੇ ਵਿੱਚ ਸਾਡੇ ਮਜ਼ਦੂਰ ਲੋਕ ਰੋਜ਼ ਮਰ ਰਹੇ ਆ ਸਾਨੂੰ ਇੰਨੀਆਂ ਖੁਸ਼ੀਆਂ ਚੜੀਆਂ ਕਿ ਰਾਮ ਜੁੱਧੇ ਵਾਪਸ ਆਇਆ ਕਿਹਨੂੰ ਹਰਾ ਕੇ ਰਾਮ ਨੂੰ ਸ਼ੰਭੂ ਗ੍ਰਿਸ਼ੀ ਨੂੰ ਮਾਰ ਕੇ ਸਾਡੇ ਲੋਕਾਂ ਨੂੰ ਬਾਂਦਰ ਬਣਾ ਕੇ ਜਿਹੜੀ ਬਾਂਦਰ ਸੈਨਾ ਅੱਜ ਵੀ ਤੁਰੇ ਫਿਰਦੀ ਨਾ ਆ ਤੁਸੀਂ ਕਹਿੰਦੇ ਨਹੀਂ ਤੁਰ ਸੈਨਾਵਾਂ ਤੁਰੀਆਂ ਬਣਾਈਆਂ ਇਆਂ ਉਹਨਾਂ ਨੇ ਮੂਰੇ ਰੱਖੀਆਂ ਐ ਇਸ ਕਰਕੇ ਆਪਾਂ ਧਰਮ ਦਾ ਸਾਡਾ ਕੋਈ ਵਿਸ਼ਾ ਨਹੀਂ ਜਿੰਨੀ ਮਰਜ਼ੀ ਇੱਥੇ ਲੜਾਈ ਕਰ ਲੋ ਜਿੰਨੀ ਮਰਜ਼ੀ ਡਿਬੇਟ ਕਰ ਲੋ ਇਨਸਾਨੀਅਤ ਸਾਡਾ ਧਰਮ ਆ ਕੱਢੇ ਰਹਿ ਬਣਾ ਦਾ ਧਰਮ ਇਨਸਾਨੀਅਤ ਤਾਂ ਸੀਗਾ ਉਹ ਉਹ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਦਿੰਦੇ ਆ ਜੀਵਨ ਬਣਾਉਣਾ ਕਿਦਾਂ ਪਰ ਅਸੀਂ ਝੰਡੇ ਡੰਡਿਆਂ ਦੇ ਵਿੱਚ ਫਸਿਓ ਆ ਤਾਂ ਹੀ ਜੜਾ ਆ ਹਾਲ ਵਾ ਅਸੀਂ ਬੰਦੇ ਸਿਲੈਕਟ ਨਹੀਂ ਕੀਤੇ ਜਿਸ ਵੀ ਬੰਦੇ ਨਾਲ ਗੱਲ ਕਰੂੰਗਾ ਠੋਕ ਕੇ ਕਰਾਂਗੇ ਬਾਹ ਕੱਢ ਕੇ ਕਰਾਂਗੇ ਜਿਨੇ ਜੋ ਕਹਿਣਾ ਉਹਦੀ ਮਰਜ਼ੀ ਐ ਪਰ ਮੈਂ ਇੱਕ ਪੋਸਟ ਪਾਉਣਾ ਨੂੰ ਢੋਲੀ ਵਾਲੀ ਉਹ ਪੜ੍ਹ ਜ਼ਰੂਰ ਲਵੇ ਜਿਹੜਾ ਬੰਦਾ ਫੇਕ ਆੜੀਆਂ ਤੋਂ ਬਕਵਾਸ ਕਰੂਗਾ ਨਾ ਉਹ ਮੇਰੀ ਇੱਕ ਪੋਸਟ ਪਾਉਣਾ ਹੁਣਾਂ ਮੈਂ ਇਹ ਫੇਰ ਉਹ ਪੜ ਲੈਣਾ ਕਿਉਂਕਿ ਮੈਂ ਬਹੁਤਾ ਉਹਨਾਂ ਚੀਜ਼ਾਂ ਤੇ ਸਮਾਂ ਬੇਸਟ ਨਹੀਂ ਕਰਦਾ ਮੈਨੂੰ ਸੁਣਨੇ ਵਾਲੇ ਜਾਣਨੇ ਵਾਲੇ ਮੇਰੀ ਬੇਟੀ ਨੂੰ ਵੀ ਸੁਣਦੇ ਆ ਸਾਡਾ ਜਿਹੜਾ ਪ੍ਰਚਾਰ ਵਾ ਸਿੱਧਾ ਹੈ ਜੇ ਦੂਸਰੇ ਕੰਮ ਨੂੰ ਤੁਸੀਂ ਦੂਸਰੇ ਧਰਮ ਦੇ ਵਿੱਚ ਕਰਮਕਾਂਡ ਗਿਣਦੇ ਆ ਉਧਰ ਫੁੱਲ ਚੜਾਉਂਦੇ ਆ ਉਧਰ ਆਰਤੀਆਂ ਕਰਦੇ ਆ ਉਧਰ ਦੁੱਧ ਚੜਾਉਂਦੇ ਆ ਜੀ ਉਹ ਗਲਤ ਵਾ ਤਾਂ ਸਾਡੇ ਕਿਦਾਂ ਠੀਕ ਹੋ ਜੂਗਾ ਗੱਲ ਸਿੱਧੀ ਹੈ ਉਧਰ ਪੂਜਾ ਦਾ ਕਨਸੈਪਟ ਗਲਤ ਵਾ ਸਾਡੇ ਕਿਦਾਂ ਠੀਕ ਹੋ ਜੂਗਾ ਆਪਣੇ ਰੈਬਰਾਂ ਨੂੰ ਜੇ ਤੁਸੀਂ ਮੰਨਦੇ ਆ ਉਹਨਾਂ ਦੀ ਗੱਲ ਮੰਨ ਲਓ ਉਹਨੇ ਤੁਹਾਨੂੰ ਸਮਝ ਕੋ ਸਮਝਾਇਆ ਅਬ ਉਹਨੇ ਵਿਦਿਆ ਨੂੰ ਗਿਆਨ ਨੂੰ ਤੇ ਉਹਨੇ ਇਹ ਕਿਹਾ ਬਈ ਇਹ ਆਨ ਨੂੰ ਹਾਸਲ ਕਰੋ ਕਿਸੇ ਵੀ ਰੈਵਰ ਨੂੰ ਪੜ੍ਹ ਕੇ ਦੱਸੋ ਕਿਹੜਾ ਇੱਕ ਰੈਵਰ ਵਾ ਜਿਹੜਾ ਤੁਹਾਨੂੰ ਪਖੰਡ ਕਰਨ ਨੂੰ ਕਹਨ ਗਿਆ ਕਿਹੜਾ ਕਹਿ ਕੇ ਗਿਆ ਬਈ ਤੁਸੀਂ ਧੂਪ ਵੱਤੀਆਂ ਕਰਿਓ ਕੋਈ ਨਹੀਂ ਕਹਿ ਕੇ ਗਿਆ ਬਾਣੀ ਦੇ ਵਿੱਚ ਹਰ ਚੀਜ਼ ਦੀ ਧਾਰਨਾ ਧੂਪ ਦੀ ਵੀ ਧਾਰਨਾ ਆ ਆਰਤੀ ਦੀ ਵੀ ਧਾਰਨਾ ਆ ਹਰ ਇੱਕ ਚੀਜ਼ ਦੀ ਧਾਰਨਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕੋਈ ਵੀ ਤੁਹਾਡੇ ਕੋਲ ਸੋਰਸ ਹੈ ਰੱਬ ਨੂੰ ਕੋਈ ਮਨ ਦਾ ਨਾਮ ਆਂਦਾ ਉਹਦਾ ਨਿੱਜੀ ਵਿਸ਼ਾ ਹੈ ਜੀਵਨ ਦੇ ਵਿੱਚ ਆਏ ਆ ਕੁਝ ਸਾਡੀ ਹੋਰ ਜਾਨਵਰਾਂ ਨਾਲੋਂ ਸਾਨੂੰ ਦਿਮਾਗ ਜ਼ਿਆਦਾ ਦਿੱਤਾ ਆ ਪਰ ਗੁਰਬਾਣੀ ਕਹਿੰਦੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਸਾਡੀਆਂ ਕਰਤੂਤਾਂ ਪਸ਼ੂ ਵਾਲੀਆਂ ਸਾਨੂੰ ਪਸ਼ੂ ਬਣਨ ਦੀ ਲੋੜ ਨਹੀਂ ਹੈ ਇਸ ਕਰਕੇ ਫਿਜ਼ੀਕਲ ਤੌਰ ਤੇ ਮੈਂ ਇਸ ਵੇਲੇ ਨਾ ਫਿੱਟ ਨਹੀਂ ਹੈਗਾ ਇਸ ਕਰਕੇ ਮੈਨੂੰ ਥੋੜੀ ਜੀ ਤੰਗੀ ਮਹਿਸੂਸ ਹੁੰਦੀ ਹੈ ਬੈਠਣ ਉੱਠਣ ਦੇ ਵਿੱਚ ਡਿਸਕ ਦੀ ਪ੍ਰੋਬਲਮ ਚੱਲ ਰਹੀ ਹੈ ਪਤਾ ਵੀ ਅਬੀਰ ਨੂੰ ਪਰ ਜੇ ਕਿਸੇ ਕੋ ਕੋਈ ਵਧੀਆ ਇਲਾਜ ਹੋਇਆ ਤਾਂ ਮੈਨੂੰ ਕਮੈਂਟਾਂ ਚ ਦੱਸ ਦਿਓ ਕਿ ਮੇਰੀ ਇੱਕ ਲੱਤ ਦੇ ਵਿੱਚ ਜਿਹਨੂੰ ਪਤਾ ਨਹੀਂ ਸ਼ਾਰਟ ਕਾਪੇਨ ਕਹਿੰਦੇ ਨੇ ਕਈ ਕੁਝ ਕਹਿੰਦੇ ਆ ਮੈਂ ਲੱਗਾ ਆ ਜਾਂ ਹੋ ਜਾਵੇ ਸੈਟ ਹੌਲੀ ਹੌਲੀ ਪਰ ਮੈਂ ਜਿਹੜੀ ਗੱਲ ਬਾਡੀ ਦੇ ਤੌਰ ਤੇ ਹੋ ਸਕਦਾ ਅਸੀਂ ਇਸ ਵੇਲੇ ਠੀਕ ਨਹੀਂ ਹੈ ਪਰ ਜਿਹੜਾ ਸਾਡਾ ਮਾਨਸਿਕ ਅਸੀਂ ਮਾਨਸਿਕ ਤੌਰ ਤੇ ਆਜ਼ਾਦ ਹਾਂ ਸਾਨੂੰ ਪਤਾ ਆ ਦੁੱਖ ਚੰਗੇ ਨੂੰ ਵੀ ਆਉਣਾ ਦੁੱਖ ਮਾਰੇ ਨੂੰ ਵੀ ਆਉਣਾ ਪਰ ਜਿਹੜਾ ਬੰਦਾ ਮਾਨਸਿਕ ਤੌਰ ਤੇ ਆਜ਼ਾਦ ਹੋਣਾ ਉਹਨੂੰ ਗੁਲਾਮ ਨਹੀਂ ਕੀਤਾ ਜਾ ਸਕਦਾ ਸਾਡੇ ਲੋਕ ਮਾਨਸਿਕ ਤੌਰ ਤੇ ਗੁਲਾਮ ਆ ਉਹਨਾਂ ਨੇ ਇਹ ਫੈਸਟੀਵਲ ਮਨਾਉਣੇ ਮਨਾਉਣੇ ਆ ਉਹ ਜੇ ਮੈਂ ਹਮੇਸ਼ਾ ਕਹਿੰਦਾ ਹੁਣ ਨਾ ਪਿੱਛੇ ਸਾਡੇ ਕੋਲ ਰਹਿ ਨਹੀਂ ਹੁੰਦਾ ਮੰਨ ਲਓ ਸਾਡੇ ਕੋਲ ਸਾਨੂੰ ਆਦਤ ਆ ਤੇ ਤੁਸੀਂ ਆਪਣੇ ਰੈਬਰਾਂ ਦੇ ਦਿਨ ਮਨਾਓ 14 ਅਪ੍ਰੈਲ ਨੂੰ 15 ਅਪ੍ਰੈਲ ਨੂੰ ਹੋਰ بڑے ਦਿਨ ਆਉਣੇ ਆ ਉਦੋਂ ਦੀਵੇ ਜਗਾ ਲਓ ਉਦੋਂ ਮੋਂਬਤੀ ਜੇ ਤੁਸੀਂ ਦੱਸਣਾ ਹੀ ਆ ਸਤਗੁਰ ਅਰਬਦਾਸ ਜੀ ਬਾਬੇ ਨਾਨਕ ਦੀ ਤੁਸੀਂ ਬਾਬਾ ਸਾਹਿਬ ਅੰਬੇੜਕਰ ਸਾਹਿਬ ਦੀ ਕਿੰਨੇ ਲੈ ਬਰਵਾ ਉਹਨਾਂ ਦੇ ਦਿਨ ਮਨਾ ਲਓ ਦੱਸੋ ਉਹਨਾਂ ਨੂੰ ਕਿ ਸਾਡੇ ਆਹ ਲੈ ਬਰੋ ਸਾਡੇ ਆਪਣੇ ਬਹੁਤ ਆ ਇਹ 33 ਕਰੋੜ ਦੀ ਜਿਹੜੀ ਬਰਖਾ ਭਾਤ ਦੇ ਵਿੱਚ ਹੋਈ ਹੈ ਡਵੇਚ ਕੱਲ ਨਹੀਂ ਹੋਈ ਇਹ ਹਾਲੈਂਡ ਦੇ ਵਿੱਚ ਕੱਲ ਨਹੀਂ ਦੇਵ ਦੇ ਪੈਦੇ ਦੇਵਤਾ ਪੈਦਾ ਹੋਏ ਇਹ ਸਾਰਾ ਜਿੰਨਾ ਇਹ ਜਿਹੜੀ ਬਰਖਾ ਇੱਥੇ ਕਿਉਂਕਿ ਜਿਹੜਾ ਸਿੰਚਾ ਆ ਨਾ ਇਹ ਇਹਨੂੰ ਬਣਾਉਣੇ ਵਾਲਾ ਸਿੰਚਾ ਉਹ ਪੁਜਾਰੀ ਦੇ ਕੋਲ ਆ ਉਹ ਸਮਝ ਦੇ ਹਿਸਾਬ ਨਾਲ ਸੈਂਚਾ ਬਦਲ ਲੈਂਦਾ ਮੰਨ ਲਓ ਇਹ ਜਿਹੜਾ ਟ੍ਰੇਡ ਚੱਲ ਰਿਹਾ ਹੋਵੇ ਉਹ ਉਦਾਂ ਦਾ ਉਹ ਸੈਂਚਾ ਬਣਾ ਕੇ ਰੱਬ ਦਾ ਤੁਹਾਡੇ ਮੂਰੇ ਪੇਸ਼ ਕਰ ਦਿੰਦਾ ਗੁਰਬਾਣੀ ਦੇ ਵਿੱਚ ਥਾਂ ਥਾਂ ਉਦਾਹਰਨਾਂ ਦਿੱਤੀਆਂ ਆ ਕਿ ਜਿਸ ਮੂਰਤੀ ਦੇ ਉੱਤੇ ਪੈਰ ਰੱਖ ਕੇ ਪੱਥਰ ਤੇ ਰੱਖ ਕੇ ਤੂੰ ਸ਼ੈਣੀਆਂ ਮਾਰੀਆਂ ਉਹ ਤੂੰ ਬਣਾਈ ਆ ਉਹ ਤੇਰਾ ਤੇਰਾ ਕੀ ਸਵਾਰ ਦੋਗੀ ਗੱਲ ਇਹ ਐ ਠੀਕ ਵਾ ਬਾਕੀ ਜਿਹੜਾ ਦਿਵਾਲੀ ਦਸਹਰੇ ਦਾ ਕਨਸੈਪਟ ਵਾ ਸਾਡਾ ਉਹਦੇ ਨਾਲ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਕੋਈ ਵੀ ਦੂਰ ਦੂਰ ਦਾ ਸਾਡਾ ਕਿਸੇ ਵੀ ਇੰਦਰ ਨੇ ਕ੍ਰਿਸ਼ਨ ਨੇ ਵਿਸ਼ਨੂੰ ਨੇ ਰਾਮ ਨੇ ਦੱਸੋ ਕੀ ਸਵਾਰਿਆ ਇਨਸਾਨੀਅਤ ਲਈ ਕਾਦੀ ਲੜਾਈ ਆ ਰਾਮ ਨੇ ਕਿਹੜੀ 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 ਇਨਸਾਨੀਅਤ ਦੀ ਲੜਾਈ ਲੜੀ ਆ ਕਾਦੀ ਲੜਾਈ ਦੱਸੋ ਇੱਕ ਰੈਵਰ ਤੁਸੀਂ ਪਿੱਛੇ ਪੜ ਲਓ ਲੋਕਾਂ ਦੇ ਜਿਹੜੇ ਸਮਾਜ ਦੇ ਲੜੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਸਮਾਜ ਦੇ ਲੜੇ ਹੋਣਗੇ ਗਰੀਬ ਦੇ ਹੱਕਾਂ ਦੇ ਲੜੇ ਹੋਣਗੇ ਬਾਬਾ ਨਾਨਕ ਬਾਬਾ ਰਬਦਾਸ ਸਤਗੁਰ ਕਬੀਰ ਜੀ ਸਾਰੇ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਹੋਏ ਆ ਸਤਗੁਰ ਨਾਮਦੇਵ ਜੀ ਬਾਬਾ ਫਰੀਦ ਜੀ ਇਹ ਸਾਨੂੰ ਜਗਾਉਣ ਲਈ ਜਗਾਉਂਦੇ ਰਹੇ ਸਾਨੂੰ ਉਹਨਾਂ ਦਾ ਨਾਂ ਰਹਿਣਾ ਹੀ ਆ ਦੁਨੀਆ ਦੇ ਉੱਤੇ ਅਮੀਰ ਬਹੁਤ ਹੋਏ ਹੋਣਗੇ ਬਹੁਤ ਜ਼ਿਆਦਾ ਅਮੀਰ ਹੋਏ ਹੋਣਗੇ ਦੱਸੋ ਗਿਣਤੀ ਦੇ ਗਿਣਾਓ ਮੈਨੂੰ ਜਿਹੜੇ 400 ਤੋਂ ਇਸ ਵੀ ਤੋਂ ਦੱਸੋ ਸ਼ੁਕਰਾਨਾ ਦਾ ਨਾਂ ਹੈਗਾ ਆ ਅਮੀਰਾਂ ਦਾ ਨਾਂ ਦੱਸੋ ਕਿੱਥੇ ਆ ਪੈਸੇ ਵਾਲਿਆਂ ਦਾ ਨਾਂ ਦੱਸੋ ਕਿੱਥੇ ਆ ਕਿਉਂਕਿ ਤੁਹਾਨੂੰ ਗੌਲਤ ਜਿਹੜੀ ਆ ਇਹ ਮੈਟਰ ਨਹੀਂ ਰੱਖਦੀ ਤੁਸੀਂ ਸਮਾਜ ਲਈ ਕੀ ਕੀਤਾ ਜਾਗਰਤੀ ਲਈ ਕੀ ਕੀਤਾ ਡੈਮੋਕ੍ਰੇਸੀ ਦੇ ਵਿੱਚ ਜੀ ਰਹੇ ਆ ਤੁਸੀਂ ਹੱਕਾਂ ਸੱਚਾਂ ਦੀ ਗੱਲ ਤੱਕ ਕਰੇ ਸਕਦੇ ਆ ਆ ਸਾਡਾ ਸਾਰਾ ਕੋਲਮਾ ਆ ਤੁਰਿਆ ਕੋਈ ਕਿਸੇ ਮਹਤਾ ਦੇ ਕਿਸੇ ਬਾਬੇ ਦੇ ਕੋਈ ਜਵਾਰਾ ਜੀ ਦੇ ਕੋਈ ਕਿਸੇ ਦੇ ਉਹ ਕੌਣ ਲੋਕ ਨੇ ਅਸੀਂ ਲੋਕ ਬੇਲੇ ਲੋਕ ਚਲੋ ਚੁੰਨੀਆਂ ਬਣੀਆਂ ਡੰਡੋਤ ਪੜੇ ਲਿਖੇ ਬਿਮਾਰ ਲੋਕ ਉਹ ਪੀਕੇ ਫਿਲਮ ਦੇ ਵਿੱਚ ਇੱਕ ਪੱਥਰ ਰੱਖਿਓ ਪਾਣ ਦਾ ਥੁੱਕ ਲਾ ਦਿੰਦਾ ਉਹਨੂੰ ਮੱਥਾ ਟੇਕੀ ਜਾਂਦੇ ਸਾਰਿਆਂ ਨੂੰ ਪਤਾ ਆ ਪਹ ਹੈਗਾ ਪਖੰਡਾ ਵਾ ਇਹ ਮਾਨਸਿਕ ਤੌਰ ਤੇ ਗੁਲਾਮ ਲੋਕ ਕੀ ਕਰਦੇ ਆ ਜਦੋਂ ਕੋਈ ਦੁੱਖ ਹੁੰਦਾ ਹਨ ਸਾਨੂੰ ਵੀ ਦੁੱਖ ਆਇਆ ਮੈਨੂੰ ਕਹੀ ਕਹਿੰਦੇ ਉੱਥੇ ਜਗ੍ਹਾ ਤੇ ਜਾਇਆ ਉੱਥੇ ਧਾਗਾ ਬਣਾਇਆ ਉਹ ਦੱਸੋ ਫਿਜ਼ੀਕਲ ਤੌਰ ਤੇ ਮਣਕਿਆਂ ਦੇ ਵਿੱਚ ਸੋਚ ਸੁਆ ਠੀਕ ਹੋ ਜਾਊਗੀ ਹੌਲੀ ਹੌਲੀ ਰੈਸਟ ਨਾਲ ਠੀਕ ਹੋ ਜਾਊਗੀ ਦਵਾਈਆਂ ਨਾਲ ਠੀਕ ਹੋ ਜਾਊਗੀ ਨਾ ਠੀਕ ਹੋਊਗੀ ਦੁਨੀਆ ਤੋਂ ਚਲ ਜਾਵਾਂਗੇ ਕਰੋ ਕਰ ਪਖੰਡ ਦੇ ਨਾਲ ਤਾਂ ਨਹੀਂ ਖੜੇ ਇਸ ਕਰਕੇ ਥੋੜਾ ਜਾਂ ਅੱਜ ਮੈਂ ਮੜਾ ਜ ਸੱਟ ਜ ਹੋ ਕੇ ਗੱਲਬਾਤ ਕਰਨੀ ਪੈਣੀ ਆ ਕਿਉਂਕਿ ਜਾਣਾ ਪੈਂਦਾ ਜਿੱਦਾਂ ਹੁਣ ਕੋਈ ਵੀਰ ਮੇਰਾ ਨਾਮ ਦੇ ਦਿੰਦਾ ਪ੍ਰੋਗਰਾਮ 'ਚ ਮੈਨੂੰ ਜਾਣਾ ਪਿਆ ਠੀਕ ਆ ਜੀ ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਬਈ ਅਨਫਿਟ ਕੋਈ ਵੀ ਹੋ ਸਕਦਾ ਹੈ ਦੁੱਖ ਤਕਲੀਫ ਸਭ ਨੂੰ ਹੋ ਜਾਂਦੀ ਹੈ ਇਹ ਜਿਹੜੀ ਰੀੜ ਦੀ ਹੱਡੀ ਹੈ ਦਿਮਾਗ ਦੇ ਨਾਲ ਜੁੜੀ ਹੋਆ ਜਿਹੜਾ ਜਿੰਨਾ ਜ਼ਿਆਦਾ ਸੋਚਦਾ ਹੈ ਉਹਨਾਂ ਉਦੋਂ ਤੇ ਅਸਰ ਪੈਂਦਾ ਪਖੰਡ ਦੀਆਂ ਦੁਕਾਨਾਂ ਥਾਂ ਥਾਂ ਤੇ ਖੁੱਲੀਆਂ ਪੁਜਾਰੀ ਰੂਪ ਬਦਲ ਲੈਂਦਾ ਪੁਜਾਰੂ ਪੁਜਾਰੀ ਜਿਹੜਾ ਨੀਤੀ ਬਦਲਦਾ ਨੀਅਤ ਨਹੀਂ ਬਦਲਦਾ ਉਹਦਾ ਮਤਲਬ ਕੀ ਹੈ ਲੁੱਟਣਾ ਹੈ ਗੁੰਮਰਾਹ ਕਰਕੇ ਰੱਬ ਦਾ ਕਨਸੈਪਟ ਚੰਦ ਤੇ ਮੁੱਕ ਗਿਆ ਜਾ ਕੇ ਜਿਹੜਾ ਰੱਬ ਵਾ ਜਿਹੜਾ ਸਾਡਾ ਗੁਰਬਾਣੀ ਦਾ ਰੱਬ ਵਾ ਜਿਹੜੇ ਸਾਡੇ ਰਹਿਬਰਾਂ ਦਾ ਰੱਬ ਵਾ ਉਹ ਤਾਂ ਸਾਨੂੰ ਖਲਦੇ ਖੋਦ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡਾ ਰੱਬ ਤਾਂ ਬਾਬਾ ਰਬਦਾਸ ਵਾ ਸਾਡਾ ਰੱਬ ਤਾਂ ਕਬੀਰ ਬਾਬਾ ਕਬੀਰ ਵਾ ਸਾਡਾ ਕਿਉਂਕਿ ਉਹ ਰੱਬ ਵਾਲੇ ਕੰਮ ਕੀਤੇ ਉਹਨਾਂ ਨੇ ਸਾਡਾ ਬਾਬਾ ਨਾਨਕ ਵਾ ਉਹਨਾਂ ਨੇ ਕੰਮ ਕੀਤੇ ਰੱਬ ਵਾਲੇ ਅੱਜ ਵੀ ਤੁਸੀਂ ਕਿਸੇ ਦੀ ਹੈਲਪ ਕਰਦੇ ਆ ਕੋਈ ਫਸਿਆ ਆ ਤਾਂ ਤੁਸੀਂ ਉਹਦੇ ਕੋਲ ਜਿੱਦੂ ਜਾ ਕੇ ਹੈਲਪ ਕਰਦੇ ਆ ਉਹ ਕਹਿੰਦਾ ਤੂੰ ਮੈਨੂੰ ਰੱਬ ਬਣ ਕੇ ਬੋੜਿਆ ਸਿੱਧੀ ਤਾਂ ਗੱਲ ਵਾ ਇਹਦਾ ਬਦਲ ਤੁਹਾਡਾ ਕਰਮ ਰੱਬ ਵਾ ਇਸ ਕਰਕੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਅੱਜ ਬੜੇ ਮੈਂ ਜ਼ੋਰ ਨਾਲ ਇਹ ਵਿਸ਼ਿਆਂ ਤੇ ਲਾਈਵ ਹੋਣਾ ਸੀਗਾ ਮੈਨੂੰ ਉਹ ਵੀਰ ਨੇ ਕਿਹਾ ਸੀ ਜਿੰਨੇ ਵੀ ਫੈਸਟੀਵਲ ਵਾ ਜਿਹੜੇ ਔਰਤ ਨੂੰ ਨੀਮਾਂ ਦਿਖਾ ਲਦੇ ਆ ਮਰਦ ਨੂੰ ਉੱਪਰ ਚੱਕਦੇ ਕਰਵਾ ਚੌਥ ਰੱਖ ਲਓ ਰਖੜੀ ਰੱਖ ਲਓ ਲੋਹੜੀ ਰੱਖ ਲਓ ਜਿੱਥੇ ਜਨਾਨੀ ਨੂੰ ਨੀਵਾ ਦਿਖਾ ਲਿਆ ਗਿਆ ਮੁੰਡਿਆਂ ਨੂੰ ਉੱਪਰ ਦਿਖਾ ਲਿਆ ਗਿਆ ਮੁੰਡਾ ਜਮੇ ਤੇ ਖੁਸ਼ੀ ਹੁੰਦੀ ਆ ਕੁੜੀ ਜਮੇ ਤੇ ਸੋਗ ਹੁੰਦਾ ਭਾਰਤ ਵਿੱਚ ਇਹ ਪਰਿਵਰਤਨ ਬਹੁਤ ਘੱਟ ਆਇਆ ਹੈ ਬਾਹਰ ਜਦੋਂ ਜਦੋਂ ਪ੍ਰੈਗਨਨਸੀ ਚੈੱਕ ਕਰਾਉਂਦੇ ਆ ਉਹ ਪਹਿਲੇ ਹੀ ਦੱਸ ਦਿੰਦੇ ਆ ਕਿ ਤੁਹਾਡੇ ਕੁੜੀ ਆ ਕਿ ਮੁੰਡਾ ਆ ਇੱਧਰ ਨਹੀਂ ਦੱਸਦੇ ਕਿਉਂਕਿ ਅਸੀਂ ਹੱਤਿਆਰੇ ਆ ਅਸੀਂ ਹੱਤਿਆਰੇ ਲੋਕ ਗੁਰਦੁਆਰੇ ਮੱਥਾ ਟੇਕਣ ਆਣੇ ਮੰਦਿਰਾਂ 'ਮ ਜਾ ਕੇ ਅਰਦਾਸਾਂ ਕਰਾਉਂਦੇ ਭਾਈ ਦੋ ਕਿ ਸਾਡੇ ਮੁੰਡਾ ਹੋਵੇ ਅਸੀਂ ਬਾਹਰ ਨੂੰ ਚਲ ਜਾਈਏ ਸਾਡੇ ਅੰਦਰ ਕਿੰਨਾ ਕੁਝ ਭਰਿਆ ਪਿਆ ਪਰ ਅਸੀਂ ਉਦਾਂ ਬਾਹਰੋਂ ਮਾਰੋ ਮਹਾਰਾਜ ਸੱਚਾ ਪਾਚਾ ਤੂੰ ਹੀ ਯਾ ਮਤਲਬ ਕਹਿਣ ਦਾ ਕਿ ਮਹਾਰਾਜ ਤੁਸੀਂ ਮੁੰਡਾ ਦੇ ਦਿਓ ਸਾਨੂੰ ਕੁਰਬਾਨੀ ਕਹਿੰਦੀ ਸ਼ੋਕਿਓ ਮੁੰਡਾ ਆਖੀ ਜਿੱਤ ਜੰਮੇ ਰਾਜਾਨ ਉਸ ਤੋਂ ਬਗੈਰ ਤਾਂ ਸਾਡੀ ਉਤਪਤੀ ਨਹੀਂ ਹੋ ਸਕਦੀ ਔਰਤ ਤੋਂ ਬਗੈਰ ਔਰਤ ਨੂੰ ਭੰਡਿਆ ਗਿਆ ਥੈ ਪੁਜਾਰੀ ਨੇ ਤੈਨਾਂ ਭੰਡਿਆ ਔਰਤ ਨੂੰ ਬਾਬਾ ਸਾਹਿਬ ਨੇ ਬਰਾਬਰ ਦੇ ਰਾਈਟ ਦਿੱਤੇ ਤਾਂ ਔਰਤ ਅੱਜ ਐਸਐਸਪੀ ਡੀਐਸਐਸਪੀ ਮੰਤਰੀ ਮੁੱਖ ਮੰਤਰੀ ਇੱਥੋਂ ਤੱਕ ਕਿ ਰਾਸ਼ਟਰਪਤੀ ਤੱਕ ਬਣ ਗਈ ਗੱਲ ਪਤਾ ਕੀ ਆ ਜੋ ਇਹ ਤਾਂ ਗੱਲ ਸਮਝ ਲੱਗਦੀ ਤਾਂ ਤਾਂ ਮੈਨੂੰ ਸੁਣਨ ਦਾ ਫਾਇਦਾ ਹੈ ਜੇ ਕਹਿੰਦੇ ਹੋਵੇ ਨਾਸਤਕਵਾਦੀ ਇਹ ਇਹ ਤਾਂ ਮੰਨਦੇ ਕਿਸੇ ਨੂੰ ਕੁਝ ਨਹੀਂ ਤਾਂ ਚੁੱਪ ਕਰਕੇ ਬਲੌਕ ਕਰ ਦਿਓ ਕੋਈ ਹੋਰ ਗਾਣੇ ਗੋਣੇ ਸੁਣ ਲਓ ਕੋਈ ਹੋਰ ਬਾਬੇ ਬਥੇਰੇ ਐ ਇੱਥੇ ਬਾਬੇ ਪਖੰਡਾ ਵਾਲੇ ਉਹ ਸੁਣੀ ਜਾਓ ਤੁਹਾਨੂੰ ਸ਼ਕਤੀਆਂ ਤਾਂ ਮਾਰੀ ਜਾਂਦੇ ਆ ਉਹ ਉਹਨਾਂ ਦੀ ਰੋਟੀ ਸ਼ਕਤੀਆਂ ਤੇ ਚੱਲਦੀ ਆ ਪੁਜਾਰੀ ਨੇ ਕਿਹੜਾ ਕਹਦੇ ਤੁਹਾਡੇ ਮੋਹਰੇ ਲਿਆ ਕੇ ਕੁਛੀ ਦਿਖਾ ਲੈਣੀ ਆ ਉਹ ਕਲਪਨਾ ਆ ਕਲਪਨਾ ਦਾ ਜੋ ਮਰਜ਼ੀ ਕਰ ਲੋ ਉੱਪਰ ਕਹਿਦੇ ਉਹ ਕੋ ਬੰਦਾ ਆ ਉਹਦੇ ਬਾਰੇ ਕੋਈ ਨਹੀਂ ਪੁੱਛੂਗਾ ਆ ਕਾਂਦ ਦੇ ਉੱਤੇ ਪੇਂਟ ਕੀਤਾ ਆ ਇਹਨੂੰ ਹੱਥ ਲਾ ਕੇ ਦੇਖੂਗੇ ਜੇ ਕੋਈ ਬੰਦਾ ਕਹਿ ਦਵੇ ਨਾ ਉੱਤੇ ਕੋ ਅਦ੍ਰਿਸ਼ ਸ਼ਕਤੀ ਆ ਉਹਦੇ ਬਾਰੇ ਕੋਈ ਸੁਭਾਲ ਨਹੀਂ ਕਰੂਗਾ ਜੇ ਕਿਸੇ ਨੂੰ ਕੋ ਮੈਂ ਤਾਜਾਂ ਕਾਂਦ ਤੇ ਪੇਂਟ ਕੀਤਾ ਆ ਤੇ ਹੱਥ ਲਾ ਕੇ ਦੇਖੂਗੇ ਆ ਸਾਡੀ ਮਾਨਸਿਕਤਾ ਹੈ ਹੱਦ ਹੋ ਗਈ ਯਾਰ ਉਹ ਸਾਨੂੰ ਸਮਝਾਉਣੇ ਵਾਲੇ ਮੈਂ ਤਾਂ ਹੈਰਾਨ ਹੋ ਗਿਆ ਜਿਨ੍ਹਾਂ ਲੋਕਾਂ ਨੇ ਮੈਨੂੰ ਸਾਨੂੰ ਸਮਝਾਇਆ ਵੀ ਬਾਬਾ ਸਾਹਿਬ ਨੂੰ ਪੜੋ ਤੁਸੀਂ ਹੱਕ ਸੱਚ ਦੀ ਗੱਲ ਕਰੋ ਅਦੇਵੀ ਦੇਵਤੇ ਜਿਹੜੇ ਆ ਸਾਨੂੰ ਗੁਲਾਮ ਕਰਨ ਲਈ ਬਣਾਏ ਗਏ ਆ ਅੱਜ ਉਹੀ ਸਾਨੂੰ ਦੱਸਣ ਲੱਪੇ ਕਿ ਨਹੀਂ ਯਾਰ ਇਹ ਸਭ ਕੁਝ ਠੀਕ ਹੋ ਆ ਹੱਦ ਹੋ ਗਈ ਮੈਂ ਤਾਂ ਕਹਿੰਦਾ ਹੁਣ ਛੋਟੀ ਜੀ ਜ਼ਿੰਦਗੀ ਵਿੱਚ ਕਈ ਵਾਰ ਬਦਲਦੇ ਦੇਖੇ ਨੇ ਛੋਟੀ ਜੀ ਜ਼ਿੰਦਗੀ ਚ ਕਈ ਵਾਰ ਬਦਲਦੇ ਦੇਖੇ ਨੇ ਜਿਵੇਂ ਹੱਥਾਂ ਦੇ ਵਿੱਚ ਨਿੱਤ ਨਵੇਂ ਅਖਬਾਰ ਬਦਲਦੇ ਦੇਖੇ ਨੇ ਜਿਹੜੇ ਕਹਿੰਦੇ ਸੀ ਸਾਨੂੰ ਕੰਨ ਲਾ ਕੇ ਸੁਣਿਓ ਗੱਲ ਮੇਰੀ ਸਾਨੂੰ ਸਮਝਾਉਂਦੇ ਸੀ ਆ ਵਿਚਾਰ ਧਾਰਾ ਪੜੋ ਬਾਬਾ ਸਾਹਿਬ ਦਾ ਮਿਸ਼ਨ ਪੜੋ ਬਾਬਾ ਸਾਹਿਬ ਦੀਆਂ ਪ੍ਰਤੀਕਿਆਵਾਂ ਪੜੋ ਮੈਂ ਕசி ਕਿਸੇ ਗੋਰੀ ਗਣੇਸ਼ ਨੂੰ ਨਹੀਂ ਮੰਨੂਗਾ ਕੰਨ ਲਾ ਕੇ ਸੁਣੋ ਗੱਲ ਮੇਰੀ ਮੈਂ ਤੁਹਾਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪ੍ਰਚਾਰਕ ਜੋ ਅੱਜ ਪ੍ਰਚਾਰ ਬਦਲਦੇ ਦੇਖੇ ਮੈਂ ਕੀ ਕਰੀਏ ਨਿੱਜਾ ਜੁੜ ਜਵੇ ਨਾ ਬੰਦਾ ਹੁਣ ਅਸੀਂ ਟੱਲੀਆਂ ਖੜਕਾਉਣ ਲੱਪਈਏ ਅਸੀਂ ਅਰਦਾਸਾਂ ਕਰਕੇ ਲੋਕਾਂ ਕੋਲ ਪੈਸੇ ਲੈਣ ਲੱਪਈਏ ਜਿਨ੍ਹਾਂ ਨਿਆਣਿਆਂ ਨੂੰ ਅਸੀਂ ਕਿਹਾ ਵੀ ਤੁਸੀਂ ਵਿਚਾਰਤਾ ਰਾਜਾਂ ਜੁੜੋ ਹੱਕ ਸੱਚ ਦੀ ਲੜਾਈ ਲੜੋ ਇਨਸਾਨੀਅਤ ਨੂੰ ਧਰਮ ਮੰਨੋ ਝੰਡੇ ਡੰਡੇ ਨਾ ਦੇਖੋ ਇਨਸਾਨ ਵਧੀਆ ਚੁਣੋ ਬੰਦਾ ਵਧੀਆ ਕੋਈ ਵੀ ਹੋ ਸਕਦਾ ਆ ਜੇ ਸੱਜਣ ਠਾਕ ਬਲੀਕਧਾਰੀ ਕੋਡੇ ਰਕਸ਼ ਵਰਗੇ ਬਾਬਾ ਨਾਨਕ ਸਿੱਧੇ ਰਸਤੇ ਉਹਨਾਂ ਨੂੰ ਪਾ ਸਕਦਾ ਹੈ ਤਾਂ ਹਰ ਬੰਦਾ ਬਦਲਿਆ ਜਾ ਸਕਦਾ ਹੈ ਉਹਨੂੰ ਜੋ ਜਦੋਂ ਉਹ ਸਹੀ ਕੰਮ ਕਰਨ ਲੱਪਿਆ ਉਹਦਾ ਨਵਾਂ ਜਨਮ ਸ਼ੁਰੂ ਹੋ ਗਿਆ ਕਿਸੇ ਪਾਰਟੀ ਦੀ ਗੱਲ ਨਹੀਂ ਕਿਸੇ ਦੀ ਪਰ ਜਿਹੜਾ ਮੁੰਡਾ ਚਰਨਜੀਤ ਚੰਨੀ ਬਣਿਆ ਉਹਦੇ ਮੈਂ ਪਿਛਲੇ ਕਾਫੀ ਕੰਮ ਦੇਖਿਆ ਉਹਨੇ ਬਹੁਤ ਵਧੀਆ ਕੀਤਾ ਮੈਂ ਐਪਰੀਸ਼ੀਏਟ ਕਰਦਾ ਉਹਨੂੰ ਔਰ ਕਰਾਂਗੇ ਜਿਉ ਉਹ ਇਦਾਂ ਦੇ ਕੰਮ ਕਰੂਗਾ ਨਾ ਉਹ ਉਹ ਦੱਸੂਗਾ ਵੀ ਇਦਾਂ ਵੀ ਕੰਮ ਕੀਤੇ ਜਾ ਸਕਦੇ ਆ ਤਾਂ ਉਹਦਾ ਅਸੀਂ ਫੁੱਲ ਸਪੋਰਟ ਕਰਾਂਗੇ ਮੈਂ ਫੁੱਲ ਸਪੋਰਟ ਕਰੂੰਗਾ ਕਿਸੇ ਕੋਲੋਂ ਲੈ ਛਾਤੀ ਬਿਘੇਟ ਨਹੀਂ ਲੈਣਾ ਸਰਟੀਫਿਕੇਟ ਨਹੀਂ ਲੈਣਾ ਮੈਂ ਕਿਸੇ ਕੋਲੋਂ ਮੇਰਾ ਦਿਮਾਗ ਕੰਮ ਕਰਦਾ ਹੈ ਕਿ ਜੇ ਕੋ ਗਰੀਬਾਂ ਨੂੰ ਹੱਕ ਦਿੰਦਾ ਹੈ ਕਿਸੇ ਦੇ ਬਿੱਲ ਮਾਫ ਕਰਦਾ ਹੈ ਕਿਸੇ ਦਾ ਕਰਜ਼ਾ ਮਾਫ ਕਰਦਾ ਹੈ ਤਾਂ ਸਾਡੇ ਢਿੱਡ ਪੀੜ ਹੁੰਦੀ ਹੈ ਤੁਸੀਂ ਕੋਲੋਂ ਦੇਣੇ ਆ ਜੇ ਟੂਬਲਾਂ ਦੇ ਬਿੱਲ ਮਾਫ ਹੋ ਸਕਦੇ ਆ ਹੋਰ ਚੀਜ਼ਾਂ ਦੇ ਉੱਤੇ ਮਾਫ ਹੋ ਸਕਦੇ ਆ ਹੋਰ ਚੀਜ਼ਾਂ ਤੇ ਸਬਸਿਡੀ ਦੇ ਸਕਤੀ ਜਾ ਸਕਦੀ ਹੈ ਤੇ ਜੇ ਉਹਨਾਂ ਦੇ ਮਾਫਾ ਲੱਖਾਂ ਕਰਜ਼ੇ ਮਾਫ ਹੋ ਸਕਦੇ ਤਾਂ ਗਰੀਬ ਦੇ ਹੋਗਾ ਤਾਂ ਕੀ ਆ ਤੁਹਾਨੂੰ ਵੱਡੀ ਤਕਲੀਫ ਹੋ ਜੇ ਅੱਜ 17 ਸਾਲਾਂ ਬਾਅਦ ਜੇ ਗਰੀਬ ਸਿੱਖਣ ਕੋ ਦੇ ਉਹ ਪਾਤਸ਼ਾਹੀ ਮਾਲਕ ਨੇ ਉਹਨੂੰ ਪਾਤਸ਼ਾਹ ਬਖਸ਼ੀ ਆ ਤਾਂ ਉਹ ਇੰਨੀ ਨਿਮਰਤਾ ਦੇ ਵਿੱਚ ਆ ਤੇ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਅੱਛਾ ਟਰੂਡੋ ਨੂੰ ਦੇਖ ਕੇ ਬੜਾ ਖੁਸ਼ ਹੁੰਨੇ ਆ ਜਦੋਂ ਉਹ ਸੈਲਫੀਆਂ ਖਿੱਚਦਾ ਆਮ ਲੋਕਾਂ ਨਾਲ ਉਹ ਉਹ ਵੀ ਤਾਂ ਉਹ ਹੀ ਕੰਮ ਕਰ ਰਹੇ ਆ ਆਮ ਆਮ ਜ਼ਿੰਦਗੀ ਦੇ ਰਿਕ ਨਮ ਮੈਡਰੀ ਹੋ ਸਕਦਾ ਮਜਬੂਰੀਆਂ ਕਈ ਉਹਦੀਆਂ ਗਲਤ ਗੱਲਾਂ ਵੀ ਲੈ ਕੇ ਆ ਸਕਦੇ ਆ ਮੋਰੇ ਪਰ ਜਿਹੜੇ ਕੰਮ ਉਹ ਚੰਗੇ ਕਰਦੇ ਉਹਦਾ ਤਾਂ ਐਪਰੀਸ਼ੀਏਟ ਕਰੋ ਮੈਂ ਪਰਸਨਲੀ ਨਹੀਂ ਜਾਣਦਾ ਮੈਂ ਨਹੀਂ ਕਦੇ ਮਿਲਿਆ ਪਰ ਉਹਦੇ ਕੰਮ ਦੇਖ ਕੇ ਮੇਰੇ ਕੋ ਰਹਿ ਨਹੀਂ ਹੋਇਆ ਕਿ ਉਸ ਇਨਸਾਨ ਨੇ ਜੋ ਸਿਕਿਉਰਟੀ ਨੂੰ ਨਾ ਕਰ ਦਿੱਤੀ ਉਹਨੇ ਦੱਸਿਆ ਪਰ ਚੀਕਾ ਮਾਰਨੇ ਵਾਲਿਆਂ ਨੇ ਮਾਰਨੀਆਂ ਹੀ ਆਂ ਜਥੇ ਬੰਦੀਆਂ ਪਾਲਟੀਆਂ ਸੰਪਰਦਾਵਾਂ ਦੇ ਨਾਲ ਅਸੀਂ ਜੁੜੇ ਹੋਏ ਲੋਕਾਂ ਬਚਣਾ ਸੀ ਕਿੱਥੋਂ ਆ ਸਾਡੀਆਂ ਡਿਮਾਂਡਾਂ ਹੀ ਗੱਲ ਤੋਂ ਆ। ਅਸੀਂ ਕਿਸਾਨ ਅੰਦੋਲਨ ਨੂੰ ਕਿੰਨਾ ਲੰਬਾ ਹਸਮਾ ਹੋ ਗਿਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਗੱਲ ਕਾਦੀ ਹੋ ਰਹੀ ਆ ਕਿਸਾਨ ਦੀ। ਕਿਸਾਨ ਕੌਣ ਆ? ਕੌਣ ਆ ਕਿਸਾਨ? ਜ਼ਮੀਨਦਾਰ, سرمਾਈਦਾਰ, ਜੱਟ ਜਿਹੜਾ ਸੀ ਉਹਨੇ ਉੱਥੇ ਜਾ ਕੇ ਮੋਰਚਾ ਲਾਇਆ, ਬਦਾਮਾਂ ਦੇ ਲੰਗਰ ਲੱਗੇ ਤਾਂ ਮਜ਼ਦੂਰ ਨੇ ਸਾਥ ਦਿੱਤਾ ਵੀ ਆਜੋ ਹੁਣ ਵੀ ਆਪਾਂ ਇਕੱਠੇ ਹੋ ਜਾਂਨੇ ਆਂ। ਆਪਾਂ ਲੜ ਕੇ ਇੱਕ ਜਨ ਅੰਦੋਲਨ ਬਣਾਉਨੇ ਆਂ। ਬਣਾਇਆ ਵੀ ਉਹਨਾਂ ਨੇ ਸੰਘਰਸ਼ ਅੱਜ ਵੀ ਲੜਿਆ ਜਾ ਰਿਹਾ ਹੁਣ ਵੀ ਆ ਜਾਓ ਮਜ਼ਦੂਰ ਨੂੰ ਵੀ ਨਾਲ ਰੱਖੋ ਉਹਦੇ ਵੀ ਦਿਹਾੜੀ ਦੀ ਗੱਲ ਕਰੋ ਜਿਹੜਾ ਹਜ਼ਾਰਾਂ ਸਾਲਾਂ ਤੋਂ ਸੀਰੀ ਬਣਾ ਕੇ ਰੱਖਿਆ ਹੈ ਉਹਦੀ ਵੀ ਗੱਲ ਕਰੋ ਉਹਨੂੰ ਵੀ ਪੰਜ ਮਰਲੇ ਜੇ ਲਾਲੀਕ ਦੇ ਅੰਦਰ ਆਉਂਦਿਆ ਉਹਨੂੰ ਵੀ ਕੁਝ ਆਮ ਲੱਟ ਦੇ ਦਿਓ ਉਹ ਵੀ ਘਰ ਪਾਲ ਲਵੇ ਕਿਹਦਾ ਦਿਨ ਨਹੀਂ ਕਰਦਾ ਖੁਸ਼ ਰਹਿਣ ਨੂੰ ਜੇ 100-100 ਖੇਤ ਦੇ ਮਾਲਕਾਂ ਚ ਇੱਕ ਕਿੱਲਾ ਦੇ ਵੀ ਦਿੱਤਾ ਤਾਂ ਘਟਾ ਕੇ ਬਹਿਣ ਲੱਗਾ ਬਾਬੇ ਨਾਨਕ ਵਾਲੀ ਰੂਹ ਰੱਖੋ ਨਾ ਕੱਲਾ ਰੋੜੀਆਂ ਦੇ ਲੰਗਰ ਲਾਉਣ ਨਾਲ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ ਪਟੇਰੇ ਦਿੱਤੇ ਸੀ ਲਿਖ ਕੇ ਬੰਦਾ ਸਿੰਘ ਬਹਾਦਰ ਨੇ ਪਟੇ ਲਿਖ ਦਿੱਤੇ ਸੀ ਕਹਿੰਦਾ ਸਾਰੇ ਜਿਹੜੇ ਕੰਮ ਕਰਦੇ ਆ ਬੰਦੂਆ ਮਜ਼ਦੂਰ ਸਾਰਿਆਂ ਨੂੰ ਦੇ ਉਹ ਹੱਕਦਾਰ ਵਾ ਅਸੀਂ ਸੀਰੀ ਨੂੰ ਦੇ ਸਕਦੇ ਮਜ਼ਦੂਰ ਨੂੰ ਕਦੇ ਵੀ ਨਹੀਂ ਅਜਿਹਾ ਮਤੇ ਪਾਉਣੇ ਆ ਝੋਨੇ ਤੇ ਚਾਹ ਨਹੀਂ ਦੇਣੀ ਤੁਹਾਨੂੰ ਅਸੀਂ ਲੰਗਰ ਕੱਲੇ ਲਾ ਜੇ ਨੇ ਡੋਲਦੇ ਆ ਬਾਅਦ ਚ ਜੇ ਅਸੀਂ ਮੰਨ ਲਓ ਦਿਹਾੜੀਦਾਰ ਆਏ ਗਿਆ ਚਲੋ ਠੀਕ ਵਾ ਜਿੰਨਾ ਕਿ ਜਾਇਜ਼ ਵਾ ਆਪਾਂ ਉਨਾਂ ਕ ਤਾਂ ਗੱਲ ਜਾਇਜ਼ ਦਾ ਕਰੀ ਗਏ ਔਰ ਕੋਟ ਗੁਰੂ ਘਰਾਂ ਨੂੰ ਤਾਂ ਨਾ ਵਰਦੀਏ ਸਵੇਰ ਤੱਕ ਤਾਂ ਇਕੱਠੇ ਨਹੀਂ ਹੋਏ ਸਾਡੇ ਕੋਲ ਉਹ ਜਦੋਂ ਸਰਦਾਰ ਚੰਨਜੀ ਸਿੰਘ ਚੰਨੀ ਜੀ ਦਰਬਾਰ ਸਾਹਿਬ ਗਏ ਤਾਂ ਨਮਾ ਪਖੰਡ ਕਰ ਲਿਆ ਅਖੇ ਜੀ ਦਫ਼ਤਰ ਚ ਜਾ ਕੇ ਸਰੂਪਾ ਦੇਤਾ ਅਬ ਪਹਿਲਿਆਂ ਨੂੰ ਦਫ਼ਤਰਾਂ ਚ ਜਾ ਕੇ ਦਿੱਤੇ ਸੀ ਹੁਣ ਗਾਹਾਂ ਆਇਆ ਤਾਂ ਇਦਾਂ ਠੋਕ ਕੇ ਦੱਸਾਂਗੇ ਕਿੱਦਾਂ ਤੁਸੀਂ ਹਜ਼ੂਰੀ ਦੇ ਵਿੱਚ ਦੇ ਸਕਦੇ ਆਂ ਉਹ ਤੁਹਾਡੇ ਅੰਦਰੋਂ ਜਾਤ ਜਾਂਦੀ ਕਿਉਂ ਨਹੀਂ ਖੂਨ ਲੈਣ ਜਾਣ ਲੱਗੇ ਜਾਤ ਪੁੱਛਦੇ ਆਂ ਜਦੋਂ ਬੇਰਨੇ ਚ ਬਾਹ ਆਈ ਹੋਂਦੀ ਐਕਸੀਡੈਂਟ ਹੋ ਜਾ ਹੁੰਦਾ ਉਦੋਂ ਕੋਦੇ ਪੁੱਛੀ ਕਿ ਮੈਨੂੰ ਜੱਟ ਚਮਾਰ ਜਲਾਹੇ ਦਾ ਖੂਨ ਚਾਹੀਦਾ ਮੇਰਾ ਪੁੱਤ ਬਾਂਮਣ ਦਾ ਆ ਉਥੇ A ਪੋਜ਼ਿਟਿਵ B ਪੋਜ਼ਿਟਿਵ ਕਹਲੇ ਪੁੱਛਦੇ ਨੇ ਕਿ ਤੇ ਬੇਰਨੇ ਚ ਬਾਹ ਆਈ ਹੋਂਦੀ ਆ ਹੂੰ ਜੇ ਕੁੜੀ ਆਈ ਲੈਟ ਕਰਕੇ ਆਈ ਹੋ ਆ ਕੋਈ ਜਾਤ ਨਹੀਂ ਪੁੱਛਦਾ ਜਾਤ ਵਾਲਾ ਕੰਮ ਸਾਡੇ ਕੋਲੇ ਯਾ ਬਾਨੀ ਦਾ ਨਹੀਂ ਤਾਂ ਪੁੱਛਦੇ ਨਹੀਂ ਗੁਰੂ ਸਾਹਿਬ ਨੇ ਸਾਨੂੰ ਐਟੀਟਿਊਡ ਰਾਜੇ ਵਾਲਾ ਦਿੱਤਾ ਸ਼ੇਰ ਵਾਲਾ ਐਟੀਟਿਊਡ ਵਾ ਆਵੇਂ ਸਾਡੀ ਕੁਲੀ ਤੇ ਕੱਖ ਹੈ ਚਾਹੇ ਨਹੀਂ ਹੈ ਸ਼ੇਰ ਨਾਲੋਂ ਵੱਡੇ ਜਾਨਵਰ ਹੁੰਦੇ ਜੰਗਲ ਦੇ ਵਿੱਚ ਹਾਥੀ ਜਰਾਫ ਚਲਾਕ ਜਾਨਵਰ ਵੀ ਹੁੰਦੇ ਆ ਸ਼ੇਰ ਕੋ ਇਹਨਾ ਚਲਾਕ ਨਹੀਂ ਹੁੰਦਾ ਪਰ ਉਹਦਾ ਐਟੀਟਿਊਡ ਰਾਜੇ ਵਾਲਾ ਹੈ ਤਾਂ ਉਹਨੂੰ ਰਾਜਾ ਮੰਨਿਆ ਜਾਂਦਾ ਹੈ ਉਹਨੂੰ ਕਹਿਣਾ ਨਹੀਂ ਪੈਂਦਾ ਮੈਂ ਰਾਜਾ ਆਂ ਸਾਡਾ ਐਟੀਟਿਊਡ ਆ ਘੱਟੋ ਘੱਟ ਆਪਣਾ ਜਿਹੜਾ ਸੋਚ ਵਾ ਗੁਰੂ ਸਾਹਿਬ ਕਹਿੰਦੇ ਇਹਨ ਗਰੀਬ ਸਿੱਖਰ ਕੋ ਦਿਉ ਪਾਤਸ਼ਾਹੀ ਸਰਦਾਰ ਦਾ ਮਤਲਬ ਲੀਡ ਕਰਨਾ ਹੈ ਸਰਦਾਰ ਦਾ ਮਤਲਬ ਪੱਗ ਬਨ ਕੇ ਨਹੀਂ ਸਰਦਾਰ ਗੁਰੂ ਸਾਹਿਬ ਨੇ ਕਿਹਾ ਸਵਾ ਲੱਖ ਦੇ ਮਰੇ ਇੱਕ ਖੜ ਜਵੇ ਲੀਡ ਕਰਨ ਵਾਲੇ ਨੂੰ ਸਰਦਾਰ ਕਿਹਾ ਗਿਆ ਇਸ ਕਰਕੇ ਵੀਰੋ ਮੈਂ ਜਿੰਨਾ ਵੀ ਸਮਾਂ ਤੁਹਾਡੇ ਨਾਲ ਕਿਉਂਕਿ ਜਿੰਨੇ ਰਹਿਬਰਾਂ ਨੂੰ ਮੈਂ ਪੜਿਆ ਹੈ ਉਹ ਸਮਾਜ ਜਿਹੜਾ ਉਹਨਾਂ ਨੇ ਬਦਲਾਵ ਲਿਆਂਦਾ ਬਾਬਾ ਸਾਹਿਬ ਨੇ ਮਨੁਸਿਮਰਤੀ ਨੂੰ ਅੱਗ ਲਾਈ ਉਹਨਾਂ ਨੇ ਬਾਈ ਪਰਦੇ ਗਿਆਮਾ ਲਿਖੀਆਂ ਕਿੰਨੇ ਕਸੀਂ ਮੰਨੇ ਆ ਮੈਂ ਕਹਿੰਦਾ ਜਿੰਨੇ ਜਗਾਤੇ ਜਿੰਨੇ ਭੰਡਾਰੇ ਸਾਡੇ ਲੋਕ ਕਰਾਉਂਦੇ ਆ ਉਹ ਜਾ ਜਾ ਕੇ ਚੁੰਨੀਆਂ ਕੀ ਬੇੜੇ ਤਾਰਦੇ ਆ ਉਹ ਹੱਦ ਹੋ ਗਈ ਯਾਰ ਹੁਣ ਤਾਂ ਦੇਖ ਲਓ ਸਰਚ ਕਰ ਲਓ ਮੋਬਾਈਲ ਤੁਹਾਡੇ ਕੋਲ ਆ ਦੁਨੀਆ ਚਾਰੇ ਇੱਕ ਇੱਕ ਗੱਲ ਗੂਗਲ ਬਾਬਾ ਦੱਸ ਰਿਹਾ ਪਰ ਆਉਣ ਵਾਲੀ ਜਨਰੇਸ਼ਨ ਜੁੱਤੀਆਂ ਮਾਰੂਗੀ ਪੁਜਾਰੀਆਂ ਦੇ ਯਾਦ ਰੱਖਿਓ ਜਿਹੜੀ ਜਿਹੜੀ ਅਸੀਂ ਮਿਹਨਤ ਕਰਕੇ ਚੱਲੇ ਆ ਨਾ ਦੁਨੀਆ ਤੋਂ ਆਉਣ ਵਾਲੀ ਜਨਰੇਸ਼ਨ ਤੁਹਾਨੂੰ ਸਵਾਲ ਕਰੂਗੀ ਲਿਆ ਵੇ ਕੱਢ ਕੇ ਦਿਖਾ ਹੁਣ ਇਹ 슈ਗਰ ਦਾ ਇਲਾਜ ਜੇ ਤੈਨੂੰ 슈ਗਰ ਬਾਦ ਤੂੰ ਸਾਡੀ ਕੀ ਅਰਦਾਸ ਕਰੂਗਾ ਜੇ ਹੁਣ ਮੈਂ ਮੈਨੂੰ ਵੀ ਪ੍ਰੋਬਲਮ ਆ ਗਈ ਸਾਰਿਆਂ ਨੂੰ ਪ੍ਰੋਬਲਮ ਆ ਸਕਦੀ ਆ ਫਿਜ਼ੀਕਲ ਤੌਰ ਤੇ ਕੋਈ ਵੀ ਅੰਬਿਟ ਹੋ ਸਕਦਾ ਉਹਦੇ ਨਾਲ ਕਰਾਮਾਤਾਂ ਦਾ ਕਾਹਦਾ ਰੋੜ ਹੋਵੇ ਹਾਂ ਕੋਈ ਬੰਦਾ ਸਰੀਰ ਨੂੰ ਕਿਸੇ ਤਰੀਕੇ ਨਾਲ ਸੈੱਟ ਕਰ ਸਕਦਾ ਉਹਦੇ ਕੋ ਕੋ ਕੋਣ ਹੋ ਇਹ ਚਿਕਰ ਬਾਕਸ ਦੀ ਬਿਮਾਰੀ ਵੀ ਸਾਡੇ ਜਿਨੇਊ ਦੀ ਬਿਮਾਰੀ ਵੀ ਸਾਡੇ ਨਾ ਉਹਦਾ ਕੋ ਟੀਕਾ ਪਾਣ ਦਿੰਦੇ ਇਹ ਆ ਸਾਡੇ ਕਰੋਨਾ ਗਲ ਪਾ ਦਿੱਤਾ ਆਪਣੀ ਮਰਜ਼ੀ ਨਾਲ ਉਹਨੂੰ ਬਾਹਰ ਕੱਢ ਲੈਂਦੇ ਆ ਹੁਣ ਸਿਆਲ ਆ ਗਿਆ ਸਾਰਿਆਂ ਨੂੰ ਜ਼ੁਕਾਮ ਖਾਂਗ ਰੇਸ਼ਾ ਹੋ ਜਿਓਆ ਆਪਣਾ ਆਪਣਾ ਉਹਦਾ ਪਰਹੇਜ਼ ਕਰਨਾ ਪੈਣਾ ਮੈਂ ਵੀ ਉਸ ਰਗੜੇ ਚ ਆ ਸਕਦਾ ਕੋਈ ਵੀ ਆ ਸਕਦਾ ਇਹ ਕੋ ਲਾਅ ਆਫ ਨੇਚਰ ਆ ਜਦੋਂ ਅਸੀਂ ਉਹਦਾ ਕਾਨੂੰਨ ਦਾ ਪਾਲਣਾ ਨਹੀਂ ਕਰਦੇ ਸਾਡੀ ਬਾਡੀ ਉਹਦੇ ਚ ਆ ਜਾਂਦੀ ਹੈ ਅੱਗ ਪਹਿਲਾਂ ਵੀ ਸਾੜਦੀ ਸੀ ਅੱਜ ਵੀ ਸਾੜਦੀ ਹੈ ਪਾਣੀ ਪਹਿਲਾਂ ਵੀ ਡੋਬਦਾ ਸੀ ਅੱਜ ਵੀ ਡੋਬਦਾ ਹੈ ਹਵਾ ਚ ਸਾਹ ਪਹਿਲਾਂ ਵੀ ਆਉਂਦਾ ਸੀ ਅੱਜ ਵੀ ਆਉਂਦਾ ਹੈ ਇਹ ਗੁਰੂ ਸਾਹਿਬ ਨੇ ਪਹਿਲਾਂ ਲਿਖ ਦਿੱਤਾ ਪਵਨ ਗੁਰੂ ਪਾਣੀ ਪਿਤਾ ਤੇ ਅੱਜ ਵੀ ਤਾਂ ਪਵਨ ਗੁਰੂ ਆ ਤੇ ਪਾਣੀ ਪੀ ਹੈ ਔਖਾ ਕੀ ਆ ਗਰਵਾਣੀ ਦਾ ਔਖੀ ਹੈ ਹੀ ਨਹੀਂ ਗੁਰਬਾਨੀ ਕਹਿੰਦੀ ਕੁੰਬੇ ਬੱਧਾ ਜਲ ਰਹਾ ਜਲੇ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਧਾ ਮੰਨ ਰਹਾ ਗੁਰਬਿਨ ਗਿਆਨ ਨਾ ਹੋਏ ਤੇ ਸਾਡੇ ਲੋਕੀਆਂ ਨੂੰ ਇਹ ਹੀ ਨਹੀਂ ਪਤਾ ਲੱਗਾ ਜਿਹੜਾ ਘੜਾ ਆ ਪਾਣੀ ਬਗੈਰ ਨਹੀਂ ਹੋ ਸਕਦਾ ਪਰ ਪਾਣੀ ਨੂੰ ਘੜੇ 'ਚ ਰੱਖਿਆ ਜਾ ਸਕਦਾ ਗਿਆਨ ਕਾ ਬੱਧਾ ਮੰਨ ਰਹਾ ਮਨ ਦੇ ਵਿੱਚ ਗਿਆਨ ਤਾਂ ਰੱਖਿਆ ਜਾ ਸਕਦਾ ਪਰ ਗਿਆਨ ਦਾ ਜਿੰਨਾ ਚਿਰ ਅਸੀਂ ਇੰਪਲੀਮੈਂਟ ਨਹੀਂ ਕਰਦੇ ਗੁਰਬਿਨ ਗਿਆਨ ਨਾ ਹੋਏ ਗੁਰ ਦਾ ਮਤਲਬ ਹੁੰਦਾ ਤਰੀਕਾ ਤਜਰਬਾ ਜਦੋਂ ਤੁਹਾਡੇ ਕੋਲ ਤਜਰਬਾ ਆ ਗਿਆ ਫਿਰ ਤੁਹਾਨੂੰ ਉਸ ਗਿਆਨ ਦਾ ਫਾਇਦਾ ਹੈ ਜੇ ਗੱਡੀ ਚਲਾਉਣੀ ਨਹੀਂ ਆਉਂਦੀ ਥਿਊਰੀ ਆਉਂਦੀ ਆ ਤੇ ਜਿੰਨਾ ਚਾਹ ਸਟੀਅਰਿੰਗ ਤੇ ਬੈਠੂਗੇ ਨਾ ਗੋਰ ਆਊਗਾ ਨਾ ਉਹਨਾਂ ਚਾਹ ਤੁਸੀਂ ਜਿੰਨੇ ਕਹਨ ਗੋਰ ਆ ਗਿਆ ਫਿਰ ਤੁਸੀਂ ਮੋਬਾਈਲ ਵੀ ਸੁਣੀ ਜਾਨੇ ਆ ਗੱਲ ਵੀ ਕਰੀ ਜਾਣੇ ਗੱਡੀ ਵੀ ਚਲਾਈ ਜਾਣੇ ਆ ਆ ਫੇਰ ਰੇਸ ਦੇ ਹੋ ਜਾਂਦੀ ਆ ਆ ਫੇਰ ਬ੍ਰੇਕ ਲੱਗੀ ਲੱਗੀ ਜਾਂਦੀ ਏ ਗੁਰਬਾਣੀ ਇੰਨੀ ਸਰਲ ਤੇ ਸਿੰਪਲ ਆ ਇੰਨੀ ਸਿੰਪਲ ਆ ਨਾ ਸਿੱਧੀ ਗੱਲ ਸਮਝ ਲੱਗਦੀ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਬਾਰ ਜਿੰਨਾ ਮਰਜੀ ਨਾ ਇਧ ਧੋਈ ਜਾਓ ਜਿੰਨੇ ਮਰਜੀ ਤੀਰਥ ਜਨਾਨ ਕਰੀ ਜਾਓ ਗੁਰੂ ਸਾਹਿਬ ਕਹਿੰਦੇ ਤੁਹਾਡਾ ਮਨ ਸੁੱਚਾ ਨਹੀਂ ਹੋਣਾ ਭੁੱਖਿਆਂ ਭੁੱਖਣਾ ਉਤਰੀ ਜਵਨਾਂ ਭੁਰੀਆਂ ਬਾਹਰ ਜਿੰਨੇ ਮਰਜੀ ਵਰਤ ਛੋੜੈ ਨ ਕਰੇ ਪਖੰਡ ਨਾ ਸੁਆਗਣ ਨਾ ਔਰੰਡ ਪੜੀ ਵੀ ਜਾਣੇ ਆ ਕੰਮ ਕਰੀ ਵੀ ਜਾਣੇ ਆ ਚੁੱਪੇ ਚੁੱਪ ਨਾ ਹੋਵੇ ਜਿਲਾ ਰਹਾ ਲੈ ਅਵਤਾਰ ਜਿਹੜੇ ਮੋਨ ਧਾਰਦੇ ਸੀਗੇ ਗੁਰਬਾਨੀ ਕਹਿੰਦੀ ਸਹਿਸਿਆਣ ਪਾ ਜਿਹੜੇ ਆਪਣੇ ਆਪ ਨੂੰ ਬਹੁਤ ਚਤੁਰਬੇਦੀ ਤੁਰਬੇਦੀ ਗਿਆਨ ਦੇ ਹੰਕਾਰੀ ਸੀਗੇ ਗੁਰੂ ਸਾਹਿਬ ਕਹਿੰਦੇ ਨਹੀਂ ਤੇ ਗੁਰੂ ਦੇ ਸਿੱਖ ਕਹਿੰਦੇ ਮਹਾਰਾਜ ਇਹ ਸਾਰੇ ਪਖੰਡ ਇਹਾਰੇ ਪਖੰਡਵਾ ਤੇ ਫਿਰ ਆਪਾਂ ਨੇ ਪਉਣਾ ਕਿੱਦਾਂ ਆ ਸੱਚ ਨੂੰ ਸਚਿਆਰਾ ਜੀਵਨ ਕਿਤਾਬ ਦੀਦ ਕਰਨਾ ਗੁਰੂ ਸਾਹਿਬ ਕਿਵੇਂ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾ ਲੈ ਕੂੜ ਦੀ ਕੰਦ ਟੁੱਟਦੀ ਕਿਦਾਂ ਤੇ ਗੁਰੂ ਸਾਹਿਬ ਕਹਿੰਦੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੇ ਜੇ ਤੁਸੀਂ ਹਰ ਵੇਲੇ ਜੀਦੇ ਆ ਹੁਕਮ ਦੇ ਵਿੱਚ ਹੁਕਮ ਕੀ ਹੈ ਆ ਜਿਹੜਾ ਸਾਹ ਚੱਲਦਾ ਇਹ ਉਹਦਾ ਹੁਕਮ ਚੱਲਦਾ ਹੈ ਚੱਲਦਾ ਹਨ ਇਹਦੀ ਰਜ਼ਾ ਚ ਰਹਿਣਾ ਉਹਦੀ ਗੱਲ ਨੂੰ ਸਮਝਣਾ ਵਿਚਾਰਨਾ ਸੋਚਣਾ ਬੰਦੇ ਖੋਜ ਦਿਲ ਹਰ ਰੋਜ਼ ਜਪਜੀ ਸਾਹਿਬ ਨੂੰ ਐਦਾਂ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਸੀ ਕੱਲਾ ਕੱਲਾ ਇੱਕ ਇੱਕ ਪੌੜੀ ਸਮਝਾਈ ਜਾਣੀ ਸੀ ਮੰਨੇ ਦੀ ਪੌੜੀ ਕੀ ਕਹਿੰਦੀ ਹੈ ਗਾਵੇ ਦੀ ਪੌੜੀ ਕੀ ਕਹਿੰਦੀ ਹੈ ਹੁਕਮ ਦੀ ਪੌੜੀ ਕੀ ਕਹਿੰਦੀ ਹੈ ਸੁੰਨ ਦੀ ਪੌੜੀ ਕੀ ਕਹਿੰਦੀ ਹੈ ਪਰ ਸਾਡੇ 15 ਮਿੰਟ ਚ ਕਾਤਮ ਕਰਕੇ ਪੁਜਾਰੀ ਕਹਿੰਦਾ ਚਲੋ ਠੀਕ ਵਾਜੀ ਮੈਂ ਤਾਂ 100 ਪਾਠ ਕਰ ਲੰਨਾ ਮੈਂ ਤਾਂ 1000 ਪਾਠ ਕਰ ਲੰਨਾ ਅੱਛਾ ਉਹ ਗੀਤਾ ਦੇ ਕਰ ਲਾਂਦੇ ਆ ਵੀ ਤੁਹਾਡੇ ਜਦੋਂ ਚ ਕੀ ਫਰਕ ਗੁਰਦੁਆਰੇ ਇੱਕ ਟੱਲੀ ਹੈ ਨਹੀਂ ਬਾਹਰ ਗੁਰਦੁਆਰੇ ਇੱਕ ਟੱਲੀ ਹੈ ਨਹੀਂ ਮੁਨਾ ਨਾ ਉਹ ਸਰਬ ਅਸੀਂ ਬਖਰੇ ਪਤਾ ਕੱਲ ਨਹੀਂ ਹੱਲੇ ਹੱਲੇ ਸਾਡੇ ਗੁਰੂ ਦੇ ਉੱਤੇ ਸਿਧਾਂਤ ਕੰਮ ਕਰਦੇ ਆ ਲੰਗਰ ਮਿਲਦਾ ਜੋੜੇ ਸਾਫ ਕਰਦੇ ਆ ਕਦੇ ਪੁੱਛਿਆ ਕਿ ਕਿਹੜੀ ਜਾਤ ਦਾ ਬੰਦਾ ਤੂੰ ਆ ਤੇਰੀ ਟੁੱਟੀਆਂ ਜੁੱਤੀ ਮੈਂ ਨਹੀਂ ਸਾਫ ਕਰਨੀ ਤੂੰ ਤਾਂ ਭਈਆ ਲੱਗਦਾ ਤੂੰ ਤਾਂ ਚਮਾਰ ਜਲਾਹਾ ਜੱਟ ਮੈਂ ਤਾਂ ਉਹਦੀ ਸਾਫ ਕਰਨੀ ਆ ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਵਾ ਜੇ ਤੁਸੀਂ ਜੋੜਾ ਸਾਫ ਕਰਦੇ ਨਿਮਰਤਾ ਦੇ ਵਿੱਚ ਮੱਥਾ ਟੇਕਦੇ ਆ ਨਿਮਰਤਾ ਦੇ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਵਰਤਾਇਆ ਜਾਂਦਾ ਨਿਮਰਤਾ ਦੇ ਵਿੱਚ ਮਨ ਨੀਮਾ ਮਾਤ ਉੱਚੀ ਮਾਤ ਉੱਚੀ ਰੱਖਣੀ ਸੀਗੀ ਭਾਂਡੇ ਧੋਣੇ ਆ ਝੂਠੇ ਜੂਠ ਲਾਉਣੇ ਆ ਹਲੇ ਘਰ ਦੇ ਸਕੇ ਭੈਣ ਭਰਾ ਦੇ ਵੀ ਭਾਂਡੇ ਧੋਣੇ ਓਕੇ ਹੁੰਦੇ ਆ ਇਹ ਸਾਡੇ ਗੁਰੂ ਦੇ ਕਨਸੈਪਟ ਕਰਕੇ ਅਸੀਂ ਬੱਚੇ ਹਾਂ ਪਰ ਜਦੋਂ ਤੁਸੀਂ ਆਏ ਉਹ ਛੱਜ ਮੋੜ ਕੇ ਜਾਤ ਦਾ ਫੇ ਉੱਤੇ ਮੁੰਡਿਆਂ ਤੇ ਰੱਖ ਲਿਆ ਰੋਟੀ ਬਿਟੀ ਦੀ ਸਾਂਝ ਪਾਈ ਕੋਈ ਨਹੀਂ ਤੇ ਗੱਲਾਂ ਕਾਹਦੀਆਂ ਕਰਦੇ ਆ ਅਸੀਂ ਗੁਰੂ ਦੀ ਖੁਸ਼ੀ ਕਿੱਥੋਂ ਪਾਲਾਂ ਨਵਾਂਗੇ ਗੁਰੂ ਦੀ ਖੁਸ਼ੀ ਪਾਲਾਂਗੇ ਅਸੀਂ ਬਾਬਾ ਨਾਨਕ ਆਪਣੇ ਨਾਲ ਗਰੀਬਾਂ ਨਿਮਾਨਿਆਂ ਨਤਾਨਿਆਂ ਨੂੰ ਨਾਲ ਜਦੋਂ ਰੱਖਦਾ ਹੈ ਉਹ ਖੱਤਰੀਆਂ ਦੇ ਘਰ ਜਾਂਨ ਮਿਲਿਆ ਖੱਤਰੀ ਉਹਦੇ ਨਾਲ ਤੁਰੇ ਕਿੰਨੇ ਆ ਕੋਈ ਵੀ ਨਹੀਂ ਕਿਉਂਕਿ ਜਦੋਂ ਤੁਸੀਂ ਇਸ ਇਸ ਲੈਥੇ ਤੇ ਤੁਰਨਾ ਤੁਹਾਡੇ ਨਾਲ ਕਿਸੇ ਨੇ ਨਹੀਂ ਤੁਰਨਾ ਸਤਗੁਰ ਅਬਦਾਸ ਜੀ ਉਹਨਾਂ ਦੇ ਨਾਲ ਕਿੰਨੇ ਤੁਰੇ ਸਤਗੁਰ ਕਬੀਰ ਜੀ ਉਹਨਾਂ ਦੇ ਨਾਲ ਕਿੰਨੇ ਤੁਰੇ ਮੱਥੇ ਟੇਕੀ ਜਾਂਦੇ ਆ ਤੇ ਗੱਲ ਮੰਨਦੇ ਨਹੀਂ ਮੱਥਾ ਲਾਉਣਾ ਸਾਲ ਕੇ ਗਏ ਆ ਮਨਾਈ ਜੋ ਕਿਸੇ ਸਿੱਧ ਕੀ ਸਿਰ ਮੰਦਰਾ ਦੇ ਮੁੱਦ ਦੁਕਾਨਾਂ ਕਿਹਦੀਆਂ ਉਹਨਾਂ ਨੂੰ ਬੰਮਣ ਮਾਣਿਆ ਨੂੰ ਤਾਂ ਕਮੀ ਪੈਣੀ ਨਹੀਂ ਲੋਟੋ ਹੁੰਦਾ ਅਸੀਂ ਸਾਰਾ ਮਟੀਰੀਅਲ ਇਕੱਠਾ ਕਰਕੇ ਘਰ ਨੂੰ ਅਸੀਂ ਲਿਆਉਣੇ ਆਂ ਫੁੱਲੀਆਂ ਦੇ ਪ੍ਰਸ਼ਾਦ ਬਾਰੇ ਤੁਸੀਂ ਲੜੀ ਜਾਂਦੇ ਆਂ ਫੁੱਲੀਆਂ ਕਿਹਨੂੰ ਪਾਈਆਂ ਜਾਂਦੀਆਂ ਬਾਂਦਰਾਂ ਨੂੰ ਬਾਂਦਰ ਸੈਨਾ ਬਣਾਤੀ ਉਹਨਾਂ ਨੇ ਸਾਡੇ ਮੂਲ ਨਿਵਾਸੀਆਂ ਨੂੰ ਕੀ ਬਣਾਇਆ ਹੈ ਉਹਨਾਂ ਨੇ ਕਿਹੜਾ ਉਹ ਕੀ ਲੈ ਨਹੀਂ ਸਕਦਾ ਸੀ ਮੋਦੀ ਲੈ ਆ ਜਾ ਸਕਦਾ ਸੀ ਪਰ ਸਾਡੀ ਲੜਾਈ ਆਪਣੀ ਆਪਣੀ ਹੈ ਕੋਈ ਐਨ ਆਰ ਸੀ ਦੇ ਮੁੱਦੇ ਤੇ ਆਪਣੀ ਲੜਾਈ ਲੜਦਾ ਸੀ ਹੁਣ ਅਸੀਂ ਅੰਦੋਲਨ ਲਈ ਲੜਦੇ ਆਂ ਐਸ ਸੀ ਐਸ ટી ਕਰੂਨ ਲਈ ਉਹ ਲੜਦੇ ਸੀ ਉਹਨਾਂ ਨੂੰ ਕਿਦਾਂ ਦੇ ਸ਼ਬਦ ਵਰਤੇ ਜਾਂਦੇ ਆਂ ਅੱਜ ਵੀ ਉਹ ਜਿਹੜੇ ਪਿੱਛੇ ਜਾ ਬਕਵਾਸ ਕੀਤਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹਨਾਂ ਨੇ ਤਾਂ ਫੇਰ ਇੱਕ ਦਿਨ ਦੇ ਵਿੱਚ ਨਾ ਹਸਾ ਬੰਦ ਕਰ ਦਿੱਤੀ ਐ ਗਵਰਨਮੈਂਟ ਦੀਆਂ ਇੱਕ ਦਿਨ ਦੇ ਵਿੱਚ 2 ਅਪ੍ਰੈਲ 2018 ਨੂੰ ਥੋੜੀ ਜੀ ਤਾਂ ਯਾਰ ਗੱਲ ਸੋਚ ਕੇ ਕਰਿਆ ਕਰੋ ਜੇ ਸਾਡੇ ਚ ਇੰਨੀ ਹੈ ਇੰਨੀ ਪਾਵਰ ਹੈਗੀ ਆ ਤਾਂ ਵੀ ਹੁਣ ਤੱਕ ਅਸੀਂ ਹੱਥਰ ਕੱਲ ਨਹੀਂ ਕਰ ਸਕੇ ਕਿਉਂਕਿ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਕਿਉਂ ਨਹੀਂ ਕਿਉਂਕਿ ਅਸੀਂ ਉਹ ਸਰਬੱਤ ਨੂੰ ਨਾਲ ਨਹੀਂ ਲੈ ਸਕੇ ਅਸੀਂ ਉਸ ਮਜ਼ਦੂਰ ਨੂੰ ਨਾਲ ਨਹੀਂ ਲੈ ਸਕੇ ਅਸੀਂ ਉਸ ਸੀਰੀ ਨੂੰ ਨਾਲ ਨਹੀਂ ਲੈ ਸਕੇ ਜਿਹੜਾ ਉਹ ਵੀ ਉਹ ਵੀ ਕਿੰਨੇ ਸਾਲਾਂ ਤੋਂ ਗੁਲਾਮ ਹੋ ਆ ਉਹਦੀ ਗੱਲ ਕਿਨੇ ਕਰਨੀ ਸੀ ਉਹ ਉਹ ਉਹਨੂੰ ਮਰੇ ਉਹਦੀਆਂ ਜੁਨੀਨਾਂ ਨੂੰ ਮਰੇ ਕਿਨੇ ਕਰਨਾ ਸੀ ਜੇ ਅਸੀਂ ਆਡੇ ਸਾਡੇ ਜੁੱਤ ਕਿਉਂ ਫਿਰ ਰਿਹਾ ਹੈ ਜੁੱਤੀਆਂ ਫਿਰ ਕਿਉਂ ਰਹੀਆਂ ਆ ਦੇਖੋ ਗੁਰੂ ਸਾਹਿਬ ਨੇ ਜਦੋਂ ਸਾਰਾ ਕੁਝ ਦੇ ਦਿੱਤਾ ਆ ਦੇਖੋ ਕਲਗੀ ਸਜਾ ਦਿੱਤੀ ਸਭ ਕੁਝ ਦੇ ਦਿੱਤਾ ਇਹਨਾਂ ਗਰੀਬ ਸਿੱਖਨ ਕੋਲ ਜਿਉਂ ਬਾਦਸ਼ਾਹੀ ਬਾਦਸ਼ਾਹ ਬਣਾਤਾ ਤੇ ਅਸੀਂ ਉਹਨਾਂ ਨੂੰ ਨਾਲ ਲਾਇਆ ਹੈ ਕਿਹਦੇ ਨਾਲ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਕਨਸਟੀਟਿਊਸ਼ਨ ਤੁਹਾਨੂੰ ਬਰਾਬਰ ਦੇ ਰਾਈਟ ਦਿੰਦਾ ਹੈ ਅਸੀਂ ਇਹਨਾਂ ਚੀਜ਼ਾਂ ਦੇ ਤਾਂ ਲੜੇ ਹੀ ਨਹੀਂ ਜੀ ਅਸੀਂ ਆਪਣੇ ਹੱਕਾਂ ਲਈ ਲੜਦੇ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਤੇ ਸਾਡਾ ਭਲਾ ਵੀ ਵਿੱਚੇ ਹੋ ਜਾਣਾ ਸੀ ਕਿੰਨੇ ਕਲਾਕਾਰਾਂ ਨੇ ਜੋਰ ਲਾਇਆ ਦਿੱਲੀ ਆ ਸੀ ਆਹ ਕਰਦਾਂਗੇ 700 ਬੰਦਾ ਕਿੰਨਾ ਦਾ ਮਰਿਆ ਮੋਦੀ ਦੇ ਕਿੰਨੇ ਬੰਦੇ ਮਰੇ ਆ ਮਰਿਆ ਕੋਈ ਅਰਦਾਸ ਕੀਤੀ ਕੋਈ ਸ਼ਕਤੀ ਮਾਰ ਦਿਓ ਕਿਸੇ ਬਾਬੇ ਕੋਲੋਂ ਕਰਾ ਦਿਓ ਕੋਈ ਅਰਦਾਸ ਕੋਈ ਬ੍ਰਹਮ ਗਿਆਨੀ ਕੋਲੋਂ ਕੋਈ ਜਿਹੜਾ ਭੋਰੇ ਭਾਰੇ ਚ ਬੈਠਾ ਆ ਉਹਨੂੰ ਕੱਢ ਲਓ ਤਾਂ ਉਹ ਕੋਈ ਸੰਪਤ ਬਾਟ ਕਰਾ ਦਿਓ ਉਹ ਸ਼ਕਤੀ ਮਾਰਾ ਦਿਓ ਕਿ ਉਹਦਾ ਇੱਕ ਬਾਲ ਵੀ ਬਿੰਗਾ ਕਰ ਦਿਓ ਜਦੋਂ ਦੁਨੀਆ ਦੇ ਉਹ ਆਪਣੀ ਮੌਤ ਮਰ ਜਾਂਦਾ ਉਹ ਦੇਖਿਆ ਵੇ ਮਾਰੇ ਕੰਮ ਕੀਤੇ ਸੀ ਉਹ ਚੰਗੇ ਨੇ ਵੀ ਮਰਨਾ ਮਾਰੇ ਨੇ ਵੀ ਮਰਨਾ ਹੈ ਗੁਰਨਾਨਕ ਸਾਹਿਬ ਕਹਿੰਦੇ ਨਾਨਕ ਜੀ ਬ ਤੇ ਆ ਮਰ ਰਹੀ ਹੈ ਐਸਾ ਜੋਗ ਕਮਾਇਆ ਹੈ ਜੀਦੇ ਫਿਰ ਸਹਾਰਾ ਹੰਦੰੀਆਂ ਨੀਆਂ ਦੇ ਵਿੱਚ ਖੜ ਕੜ ਕੇ ਬੰਦਾ ਬੋਲਦਾ ਹੈ ਬੰਦਾ ਸਿੰਘ ਬਹਾਦਰ ਨੇ ਆਪਣਾ ਤੁੰਬਾ ਤੁੰਬਾ ਢਾ ਲਿਆ ਸੀ ਪਰ ਸਿਧਾਂਤ ਨਹੀਂ ਛੱਡਿਆ ਅਤੇ ਸਾਡੇ ਸਿਧਾਂਤ ਸੀਟ ਬਦਲੇ ਛੱਡ ਦਿੰਦੇ ਆ ਬੰਦਾ ਵਧੀਆ ਉਹ ਕਹਿੰਦਾ ਮੰਗਦਾ ਰਹੇ ਸੂਰਜਾ ਕਮੀਆਂ ਦੇ ਬਿਹੜੇ ਉਹ ਗਰੀਬਾਂ ਦੀ ਝੁੱਗੀ 'ਚ ਉਹ ਹੀ ਆਊਗਾ ਜਿਹੜਾ ਗਰੀਬ ਹੋਇਆ ਹੋਊਗਾ ਰਾਜਿਆਂ ਦੇ ਪੁੱਤ ਜਿਹੜੇ ਆ ਉਹ ਰਾਜੇ ਉਹਨਾਂ ਨੂੰ ਤਾਂ ਮਿਲ ਵੀ ਨਹੀਂ ਹੁੰਦਾ ਸੀ ਜਿਉਂ ਵਿਚਾਰਾ ਬਾਜੇ ਵਾਲਿਆਂ ਨੂੰ ਜੱਪੀ ਪਾ ਲੰਦਾ ਖੜਾ ਹੋ ਕੇ ਗਰੀਬ ਉਹ ਲੋਕੀ ਉਹਨੂੰ ਟਿੱਚਰਾ ਕਰ ਜਿੰਦਾ ਗੁਰੂ ਘਰ ਦੇ ਵਿੱਚ ਉਹਨੇ ਵਿਆਹ ਕੀਤਾ ਰੀਸ ਕਰੋ ਤਾਂ ਸੜੋਗਾ ਸੜਦੇਗਾ ਇਹਨੂੰ ਤੁਸੀਂ ਵੀ ਕਰਕੇ ਦਿਖਾ ਲਓ ਪਿਆ ਲਓ ਜੀ ਅਸੀਂ ਵੀ ਕਰਦੇ ਆਂ ਸਾਨੂੰ ਕਿਸੇ ਪਾਰਟੀ ਦਾ ਮਤਲਬ ਨਹੀਂ ਹੈ ਕੋਈ ਇਨਸਾਨ ਵਧੀਆ ਕੰਮ ਕਰਦਾ ਮੈਂ ਤਾਂ ਬਾਹਰ ਕੱਢ ਕੇ ਜਿੰਨਾ ਜੇ ਉਹ ਵਧੀਆ ਕੰਮ ਕਰਦਾ ਬਾਹਰ ਕੱਢ ਕੇ ਖਾਂਗੇ ਕਿ ਉਸ ਬੰਦੇ ਨੇ ਜਿੰਨਾ ਜਿੰਨਾ ਟਾਈਮ ਵੀ ਰਹੂਗਾ ਉਹ ਉਹ ਵਧੀਆ ਕੰਮ ਕਰਦਾ ਜੇ ਕਿਸੇ ਦਾ ਕੋਈ ਕੋਈ ਮਾਫ ਕਰਦਾ ਆ ਜਾਂ ਮਾਫੀਆ ਰਿਤਾ ਵਾਲਿਆਂ ਨੂੰ ਕਹਿੰਦਾ ਵੀ ਮੇਰੇ ਨੂੰ ਨਾਮ ਮਿਲੋ ਆਨ ਟਾਈਮ ਦੇਖੋ ਕਿਸੇ ਨੂੰ ਟਾਈਮ ਤਾਂ ਦਿਓ ਕੋਈ ਸਮਾਂ ਦਿਓ ਉਹਨੂੰ ਦੇਖ ਲਓ ਉਹ 4.5 ਸਾਲ ਦੇਖਿਆ ਹੀ ਹੈ ਪਹਿਲਾਂ 10 ਸਾਲ ਉਹਨਾਂ ਨੂੰ ਦੇਖਿਆ ਹੀ ਹੈ ਉਹਨਾਂ ਨੇ ਆਪਣੇ ਹੋਟਲ ਬਣਾ ਲਏ ਉਜਾਤ ਸਪੋਰਟ ਕਰਨੀ ਕਟੋਕੜ ਇਨਸਾਨੰ ਬੰਦਾ ਦੇਖਦਾ ਲਓ ਜਿਨ੍ਹਾਂ ਦੇ ਅੰਦਰ ਜੈਲ ਸੁਆ ਨਾ ਜਿਨ੍ਹਾਂ ਦੇ ਅੰਦਰ ਕੀੜਾ ਜਾਤ ਦਾ ਆ ਉਹ ਚਾਹੇ ਕਿਤੇ ਵੀ ਚਲ ਜਾਵੇ ਉਹ ਛੱਡਦਾ ਨਹੀਂ ਐ ਜਿਨ੍ਹਾਂ ਦੇ ਅੰਦਰ ਈਗੋ ਆ ਸੜੇ ਮ ਆ ਜਿਨ੍ਹਾਂ ਦੇ ਅੰਦਰ ਤੇ ਗੁਰੂ ਸਾਹਿਬ ਗੁਰੂ ਸਾਹਿਬ ਸਾਰਿਆਂ ਨੂੰ ਨਾਲ ਰੱਖਦੇ ਆ ਇਸ ਕਰਕੇ ਇਹ ਜਿਹੜੇ ਫੈਸਟੀਵਲ ਜਿੰਨੇ ਵੀ ਹਨਾ ਮੈਂ ਤਾਂ ਆਪਣੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਉਹ ਭਰਾਵੋ ਰੋਟੀ ਘੱਟ ਖਾ ਲਓ ਘਰੋ ਘੜੇ ਇਹਨਾਂ ਦੇ ਜਗਰਾਤੇ ਜਗਰੂਤੇ ਛੱਡ ਦਿਓ ਆਪਣੇ ਰਹਿਬਰਾਂ ਦੇ ਦਿਨ ਮਨਾਓ ਤੇ ਆਪਣੇ ਮੈਂ ਵੀਰਾਂ ਨੂੰ ਵੀ ਕਹਿਣਾ ਉਹ ਯਾਰ ਕਲਾਕਾਰਾਂ ਦੀ ਉਹਨਾਂ ਦੀ ਸਪੋਰਟ ਕਰੋ ਜਿਹੜੇ ਆਪਣੇ ਰਹਿਬਰਾਂ ਦੇ ਆਪਣੇ ਰਹਿਬਰਾਂ ਦਾ ਮਿਸ਼ਨ ਲੈ ਕੇ ਚੱਲਦੇ ਆ। ਸਾਡੇ ਵਰਗੇ ਦੇ ਹਾਲ ਦੇਖ ਲਓ ਦਵਾਈ ਵੀ ਲੈਣ ਲਈ ਵੀ ਤੁਹਾਡੇ ਵਰਗੇ ਭਰਾਵਾਂ ਮੇਰੀ ਬੇਨਤੀ ਕਰੀ ਦੀ ਬਹੁਤ ਹੈਲਪ ਕਰ ਦਿੰਦੇ ਆ ਲੋਕ ਹੋ ਜਾਂਦਾ ਸਭ ਕੁਝ ਪਰ ਅਸੀਂ ਮਨੂਬਾਦ ਨਾਲ ਸਮਝੌਤਾ ਨਹੀਂ ਕਰਦੇ। ਜੇ ਜਾਤ ਛੱਡੀ ਤੇ ਛੱਡ ਦਿੱਤੀ ਲੀਗ ਮਾਰ ਦਿੱਤੀ ਸਾਨੂੰ ਅਸੀਂ ਪਰਿੰਦੇ ਯਾਦ ਕਰ ਦਿੱਤੇ ਆ ਕਰ ਦਿੱਤੇ ਯਾਦ ਰਿਸ਼ਤੇਦਾਰਾਂ ਦੇ ਵੀ ਪਰਿੰਦੇ ਯਾਦ ਕਰਦੇ ਜਿਨ੍ਹਾਂ ਨੇ ਸਾਨੂੰ ਬੁਲਾਉਣਾ ਜਿਨ੍ਹਾਂ ਸਾਡੇ ਨਾਲ ਬਾਤ ਬਾਤ ਸਰ ਕਰਨੇ ਰੱਖੇ ਜਿਨ੍ਹਾਂ ਨੇ ਰੱਖਣਾ ਉਹਦੀ ਮਾਜੋ ਵੀ ਨਾ ਸਾਨੂੰ ਕੋਈ ਯਾਦ ਨਾ ਨਾ ਸਾਨੂੰ ਕੋਈ ਧਰਮ ਨਾ ਸਾਡੇ ਗੁਰੂ ਦਾ ਜੋ ਸੂਲ ਵਾ ਸਭ ਨਾਲ ਸਾਰਿਆਂ ਨੂੰ ਪਿਆਰ ਕਰਨਾ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਾਇਓ ਸਰਬੱਤ ਦਾ ਭਲਾ ਮੰਗਣਾ ਇਹ ਸਾਡੇ ਗੁਰੂਆਂ ਦੇ ਕਨਸੈਪਟ ਉਹ ਜਿੱਦਾਂ ਦਾ ਸ਼ਹਿਰ ਬਸਾਉਣਾ ਚਾਹੁੰਦੇ ਆ ਜਿੱਦਾਂ ਦਾ ਉਹ ਬੇਗੰਪੁਰਾ ਸਹਿਰ ਕੋ ਨਾ ਉਹ ਕਿਸੇ ਇਕੱਲੇ ਬੰਸੋਣਾ ਤੋਂ ਜਾਂ ਸਾਰਿਆਂ ਲਈ ਇਸ ਕਰਕੇ ਐਡੀ ਗੱਲ ਨਹੀਂ ਹੈਗੀ ਹੁਣ ਬਦਲਾਵ ਹੋ ਰਿਹਾ ਹੈ ਸੋਸ਼ਲ ਮੀਡੀਆ ਦੇ ਪਰਵਰਤਨ ਹੋ ਰਿਹਾ ਹੈ ਸਮਝ ਆ ਰਹੀ ਹੈ ਜਿਹੜੀ ਗੱਲ ਤੁਹਾਨੂੰ ਸਹੀ ਲੱਗਦੀ ਆ ਡਿਸੀਜਨ ਮੇਕਰ ਬਣੋ ਇਹ ਨਾ ਦੇਖੋ ਕਿ ਉਧਰ ਦੇ ਬੰਨੇ ਬੰਦੇ ਕਿੰਨੇ ਖੜੇ ਆ ਗਿਣਤੀਆਂ ਮਿੰਤੀਆਂ ਅੱਜ ਤਾਂ ਗੁਰੂ ਸਾਹਿਬ ਨੇ ਕਿਹਾ ਸਵਾ ਲੱਖ ਸਵਾ ਲੱਖ ਨੂੰ ਇੱਕ ਬੰਦਾ ਲੀਡ ਕਰ ਸਕਦਾ ਕੌਣ ਸਰਦਾਰ ਸਰਦਾਰ ਕੌਣ ਹੁੰਦਾ ਜਿਹੜਾ ਲੀਡ ਕਰਦਾ ਹੈ ਐਟੀਟਿਊਡ ਹੁੰਦਾ ਉਹਦਾ ਸ਼ੇਰ ਵਾਲਾ ਉਹਨੂੰ ਕਹਿਣਾ ਨਹੀਂ ਪੈਂਦਾ ਵੀ ਮੈਂ ਸ਼ੇਰ ਹਾਂ ਉਹ ਸ਼ੇਰ ਨੂੰ ਜੰਗਲ ਦੇ ਵਿੱਚ ਸ਼ੇਰ ਨੂੰ ਰਾਜਾ ਮੰਨਿਆ ਜਾਂਦਾ ਹੈ ਅਸਾਂ ਨੂੰ ਤਾਂ 50 ਰੁਪਏ ਦਾ ਟੂਣਾ ਨਹੀਂ ਨੰਗਲ ਦਿੰਦਾ ਚਾਰ ਇੱਟਾਂ ਦੇ ਹਰੀ ਸਪੈਦੀ ਕਰਦੇ ਹੋ ساری ਉਮਰ ਉੱਥੇ ਮੱਥਾ ਟੇਕ ਕੇ ਨਹੀਂ ਲੰਘ ਜਾਂਦੀ ਹੈ ਜਿਹੜੀਆਂ ਜੇਨਰੇਸ਼ਨਾਂ ਨਿਕਲ ਗਈਆਂ ਛੱਡੋ ਉਹਨਾਂ ਨੂੰ ਆਉਣ ਵਾਲੀਆਂ ਕਰਮਣਾਂ ਨੂੰ ਫੜ ਲਓ ਜਿਹੜੀ 15 ਸਾਲ ਤੋਂ ਥੱਲੇ ਨੇ ਆਣੇ ਆ ਉਹਨਾਂ ਨੂੰ ਫੜ ਲਓ ਪਰਵਰਤਨ ਆਵੇਗਾ ਜ਼ਰੂਰ ਕਿਉਂਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਆਖਰ ਨੂੰ ਸੱਚ ਦਾ ਗਿਆਨ ਜਿਹੜਾ ਗਿਆਨ ਕੀ ਆਂਦੀ ਜਿਹੜੀ ਹੈ ਨਾ ਇਹ ਆਉਣੀ ਹੈ ਬਾਹਲੇ ਮੁਰਖਾਂ ਦੇ ਵਿੱਚ ਤੁਸੀਂ ਦੇਖ ਲਓ ਚਰਚ ਤੱਕ ਖਤਮ ਕਰ ਦਿੱਤੇ ਅਗਲੇ ਨੇ ਰੱਬ ਨੂੰ ਮੰਨਣਾ ਨਾ ਮੰਨਣਾ ਤੁਹਾਡਾ ਨਿੱਜੀ ਵਿਸ਼ਾ ਹੈ ਮੰਨੀ ਜਾਓ ਨਾ ਮੰਨੀ ਜਾਓ ਉਹਨੂੰ ਕੀ ਫਰਕ ਪੈਣ ਲੱਗਾ ਆਪ ਬਣਨਾ ਖੁਦਾ ਖੁਦ ਬਣਨਾ ਹੈ ਉਦਾਰ ਕੇ ਕੰਮ ਕਰਨੇ ਆ ਤੂੰ ਤੂੰ ਕਰਦਾ ਤੂੰ ਆ ਮੋਜਵੇਂ ਰਹਿਣਾ ਹੂੰ ਜਦ ਆਪਾ ਪਰਸਾ ਮਿਟ ਗਿਆ ਜਦ ਲਗਦੇ ਖਾ ਤੂੰ ਜਦ ਜਦ ਉਹ ਅਸੀਂ ਉਹਨੂੰ ਆਪਣਾ ਮੰਨੇ ਲਿਆ ਫੇ ਤਾਂ ਗੱਲੇ ਖਤਮ ਹੋ ਗਈ ਅਸੀਂ ਉਹਦਾ ਹਿੱਸਾ ਹੀ ਆ ਜਦੋਂ ਆ ਬੋਲਣੋਂ ਹਟ ਗਿਆ ਚੱਕ ਕੇ ਇਹ ਲੱਕੜੀਆਂ ਜਿਹਦੇ ਦੇਉ ਚਾਹੇ ਦੱਬ ਦਿਓ ਮਿੱਟੀ ਆ ਇਹ ਤੇ ਮਿੱਟੀ ਦਾ ਮਾਨ ਕਾਦਾ ਅਸੀਂ ਸੋਹਣੇ ਨਹੀਂ ਰਹਿ ਸਕਦੇ ਚੰਗੇ ਤਾਂ ਰਹਿ ਸਕਦੇ ਆ ਸਾਡੇ ਕਿਹੜੇ ਵਿਰੋਧੀ ਨਹੀਂ ਸਾਨੂੰ ਬਹੁਤ ਕੁਝ ਮਾੜਾ ਚੰਗਾ ਬੋਲਦੇ ਆ ਮੋਲੀ ਜਾਣ ਆਪਣਾ ਕੰਮ ਠੋਕ ਕੇ ਕਰਦੇ ਆ ਕਰਾਂਗੇ ਵੀ ਜਿੰਨਾ ਚਿਰ ਜਾਨਵਾਂ ਕਰਾਂਗੇ ਪ੍ਰਚਾਰ ਇਦਾਂ ਮੈਂ ਥੋੜਾ ਜਿਹਾ ਫਿਜ਼ੀਕਲ ਤੌਰ ਤੇ ਅਨਫਿਟ ਹੈਗਾ ਮੇਰੇ ਮਤਲਬ ਮਨ ਕੇ ਅਜ ਸੋਜ ਹੈਗੀ ਐ ਮੇਰੀ ਲੱਤ ਚ ਦਰਦ ਹੁੰਦੀ ਐ ਮੈਂ ਇਲਾਜ ਕਰਾ ਰਿਹਾ ਜਿੰਨਾ ਵੀ ਵੀਰ ਜਿਹੜੇ ਵੀ ਵੀਰ ਸਹਿਯੋਗ ਕਰਦੇ ਭਰਾਵੋ ਤੁਹਾਡਾ ਬਹੁਤ ਧੰਨਵਾਦ ਵਾ ਤੇ ਇਸ ਕਰਕੇ ਮੈਂ ਬੇਨਤੀ ਕੀਤੀ ਐ ਕਿ ਜਿੱਖੋ ਮਿੱਤਰੋ ਇਹ ਜਿੰਨੇ ਮੋਦੀ ਮਾਦੀ ਹੁਣੀ ਐ ਇਹ ਕੁਛ ਨਹੀਂ ਹੈਗੇ ਇਹ ਸਾਡੇ ਲੋਕਾਂ ਨੇ ਬਣਾਇਓ ਆ ਪਾਵਰ ਅਸੀਂ ਕ੍ਰੀਏਟ ਕੀਤੀ ਐ ਈਬੀਐਮ ਦਾ ਠੋਕੇ ਵਿਰੋਧ ਹੋਣਾ ਚਾਹੀਦਾ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹਿਣਾ ਜੇ ਤੁਸੀਂ ਅੰਦੋਲਨ ਜਿੱਤਣਾ ਚਾਹੁੰਦੇ ਆ ਈਵੀਐਮ ਦੇ ਉੱਤੇ ਬੋਟ ਨਾ ਪੈਣ ਦਿਓ ਈਵੀਐਮ ਮਸ਼ੀਨ ਨੂੰ ਖਤਮ ਕਰ ਦਿਓ ਇਹ ਮੋਦੀ ਛੋਦੀ ਕਿਤੇ ਉਹ ਪੈਦਾ ਨਹੀਂ ਹੋਣੇ ਕੋਈ ਐਡਾ ਇਹਨਾਂ ਦੇ ਕੋਲ ਦੁਆ ਨਹੀਂ ਉਹ ਮਸ਼ੀਨ ਹੀ ਇਹਨਾਂ ਨੂੰ ਜਿਤਾਉਂਦੀ ਹੈ ਚੋਰਾਂ ਨਾਲ ਕੁੱਤੀਆਂ ਰਲ ਕੇ ਈਵੀਐਮ ਮਸ਼ੀਨ ਦੇ ਅੰਦਰ ਸਭ ਕੁਝ ਹੁੰਦਾ ਹੈ ਠੀਕ ਆ ਈਵੀਐਮ ਈਵੀਐਮ ਮਸ਼ੀਨ ਜਿਹੜੀ ਆ ਉਹਦਾ ਜਿੰਨਾ ਵਿਰੋਧ ਹੋ ਸਕੇ ਭੰਨ ਸਟਿਓ ਉਦਾਂ ਵੀ ਤਾਂ 700 ਮਰਿਆ ਹੀ ਐ ਬੂਥਾਂ ਦੇ ਉੱਤੇ ਜਾ ਕੇ ਈਵੀਐਮ ਮਸ਼ੀਨ ਦਾ ਬਾਈਕਾਰਡ ਪੰਜਾਬ ਚੋ ਰੈਵਿਊਲੇਸ਼ਨ ਆਊਗਾ ਤਾਂ ਭਾਰਤ ਦੇ ਵਿੱਚ ਮੁੜ ਕੇ ਉਹ ਗੁਰੂਆਂ ਦਾ ਰਾਜ ਆਊਗਾ ਇਹ ਯਾਰ ਯਾਦ ਰੱਖਿਓ 2022 ਤੱਕ ਸੰਤਾਪ ਚੁੱਕ ਝੱਲ ਲਓ ਇਹ ਇਹ ਲੱਭਣੇ ਨਹੀਂ ਇਹ ਕਿਉਂਕਿ ਜਿਹੜਾ ਕਨਸਟੀਟਿਊਸ਼ਨ ਵਾ ਨਾ ਇਹ ਜੇ ਤੁਸੀਂ ਇਹਦੇ ਨੇ ਲੜਦੇ ਤਾਂ ਸਾਨੂੰ ਅੱਜ ਸੜਕਾਂ ਦੇ ਉੱਤੇ ਬਹਿਣਾ ਨਹੀਂ ਸੀ ਬਹਿਣਾ ਇਹਨੂੰ ਤਾਂ ਅਸੀਂ ਹੱਥ ਵੀ ਨਹੀਂ ਲਾਉਂਦੇ ਇਹ ਤਾਂ ਜੀ ਸਾਨੂੰ Hindu ਲਿਖ ਦਿੱਤਾ ਇਹ ਤਾਂ ਸਾਨੂੰ Hindu ਧਰਮ ਦਾ ਹਿੱਸਾ ਲਿਖ ਦਿੱਤਾ ਪੜਿਆ ਕਿਸੇ ਨੇ ਹੈ ਨਹੀਂ ਇਹਦੇ ਉੱਤੇ ਸਪਸ਼ਟੀਕਰਨ ਲਿਖਿਆ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਸਿੱਖ ਧਰਮ ਵਿੱਚ ਸਿੱਖ ਧਰਮ ਵਿੱਚ ਕਿਰਪਾਨ ਧਾਰਨ ਕਰਨਾ ਕਿਰਪਾਨ ਲੈ ਕੇ ਚੱਲਣਾ ਸਿੱਖ ਧਰਮ ਦਾ ਹਿੱਸਾ ਮੰਨਿਆ ਜਾਵੇਗਾ ਇੱਥੇ Hindu ਧਰਮ ਦਾ ਕੱਲ ਇਹ ਲਿਖਿਆ ਬੁੱਧ ਧਰਮ ਦਾ ਕੱਲ ਇਹ ਲਿਖਿਆ ਮੁਸਲਮਾਨ ਧਰਮ ਦਾ ਕੱਲ ਇਹ ਲਿਖਿਆ ਉਹ ਯਾਰ ਕੋ ਚਾਰ ਅੱਖਰ ਜਿ ਲਿਖੇ ਉਹ ਆ ਬਾਬਾ ਸਾਹਿਬ ਨੇ ਪੜ੍ਹ ਲਓ ਜਿਹੜਾ ਉੱਠਦਾ ਉਹੀ ਮਤਲਬ ਸਾਨੂੰ ਜੀ Hindu ਉਹ ਜਦ ਸਾਡੀਆਂ ਕਰਤੂਤਾ ਨਾ ਹੋਣ ਸਾਨੂੰ ਕੋ ਗੁਰੂ ਸਾਹਿਬ ਨੂੰ ਮੁਸਲਮਾਨ ਕਹਿੰਦੇ ਤਾਂ ਮੁਸਲਮਾਨ ਬਣ ਜਾਣਾ ਸੀ ਉਹਨਾਂ ਨੇ ਰੰਗਜੀਤ ਬਸਾਂ ਦੇ ਗੁਰੂ ਸਾਹਿਬ ਨੇ ਮੁਸਲਮਾਨ ਲਿਖ ਦਿੰਦਾ ਉਹ ਕਹਿੰਦੇ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਗੁਰੂ ਸਾਹਿਬ ਦਾ ਲਿਖ ਗਏ ਸਾਨੂੰ ਕੋ ਕਹੀ ਵੀ ਜਾਵੇ ਤਾਂ ਬਣ ਜਾਵਾਂਗੇ ਹਾਂ ਜਦੋਂ ਟੱਲੀਆਂ ਖੜਕਾਉਣੀਆਂ ਆ ਟੱਲੀਆਂ ਜਦੋਂ ਖੜਕਾਉਣੀਆਂ ਅਸੀਂ ਤਾਂ ਫੇਰ ਸਾਨੂੰ ਕਹਿਣ ਦੀ ਲੋੜ ਆ ਤੇ ਅਸੀਂ ਹਿੰਦੂ ਹੀ ਆ ਜਦ ਸਾਡੀਆਂ ਕਰਤੂਤਾਏ ਬਸੂ ਵਾਲੀਆਂ ਜਦੋਂ ਅਸੀਂ ਦੁੱਧ ਡੋਲਣੇ ਆ ਫਰਸ਼ਤ ਹੋਣੇ ਆ ਫੁੱਲ ਚੜਾਉਣੇ ਆ ਜਦੋਂ ਸਾਰਾ ਪਖੰਡ ਕਰਨਾ ਹੀ ਉਹ ਆ ਤਵੇ ਸਾਨੂੰ Hindu ਹੀ ਕਹਿਣਾ ਅਗਲੇ ਨੇ ਨਿਆਰਾਪਨ ਜੱਬ ਲਖ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀ ਉਮਾ ਸਾਰਾ ਜਬ ਗਹਿ ਵਿਪਰਨ ਕੀ ਰੀਤ ਜਦ ਤੁਸੀਂ ਬਾਹਮਣਾਂ ਵਾਲੀਆਂ ਰੀਤਾ ਕਰਨੀਆਂ ਤੁਹਾਨੂੰ ਕਹਿਣ ਦੀ ਲੋੜ ਹੈਗੀ ਆ ਬਾਹਮਣ ਬੜਾ ਸ਼ੈਦਾਨ ਆ ਉਹ ਤੁਹਾਨੂੰ Hindu ਦਾ ਬਣਾਊਗਾ ਬ੍ਰਾਹਮਣ ਨਹੀਂ ਬਣਾਉਂਦਾ ਉਹ ਜਨੇਊ ਨਹੀਂ ਪਾਉਂਦਾ ਤੁਹਾਨੂੰ ਗੁਰੂ ਸਾਹਿਬ ਕਹਿੰਦੇ ਮੇਰਾ ਰੂਪ ਵਾ ਤੁਸੀਂ ਇਸ ਕਰਕੇ ਮੈਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰਦਾ ਜੋ ਜਿੱਥੇ ਹੈਗਾ ਠੀਕ ਵਾ ਇਨਸਾਨੀਅਤ ਜਿੰਦਾਬਾਦ ਵਾ ਤੁਸੀਂ ਜੇਸ ਵੀ ਰਹਿਬਰ ਨੂੰ ਮੰਨਦੇ ਆ ਉਹਦੀ ਵਿਚਾਰਧਾਰਾ ਮੰਨੋ ਅ ਜਹਾਜ਼ ਚੜਦੇ ਆ 에어ਪੋਰਟ ਤੋਂ ਡਿਵੇ ਜਾਨੇ ਸਾਰੇ ਦੇਵਤੇ ਖਤਮ ਉਹ ਯਾਰ ਉਹਨਾਂ ਨੂੰ ਵੀ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਜਾਂ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਇਹ ਰਾਮਚੰਦਰ ਦਾ ਵੀਜ਼ਾ ਸਾਊਦੀ ਅਰਬ ਦਾ ਕੱਲ ਨਹੀਂ ਲੱਗਦਾ ਡਿਵੇ ਦਾ ਕੱਲ ਨਹੀਂ ਲੱਗਦਾ ਹਾਲੈਂਡ ਦਾ ਕੱਲ ਨਹੀਂ ਲੱਗਦਾ ਇਹ ਸਾਡੇ ਜੜੀ ਗੱਲ ਦਿੱਤੀ ਹੋਏ ਆ ਇਹ ਆ ਦੀਵਾਲੀ ਨੂੰ ਦੇਖਿਓ ਜੀ ਕਿੱਦਾਂ ਸਾਡੇ ਸ਼ੂਦਰਾਂ ਨੇ ਚਾ ਮਿਲਣਾ ਉਜਾ ਅੱਗੇ ਪਿੱਛੇ ਬਣਾ ਲਓ 14 ਅਪ੍ਰੈਲ ਨੂੰ ਬਣਾ ਲਓ 15 ਨੂੰ ਬਣਾ ਲਓ ਬਾਬੇ ਨਾਨਕ ਦਾ ਗੁਰਪੁਰ ਬਣਾ ਲਓ ਬਾਬੇ ਰਬਦਾਸ ਦਾ ਬਣਾ ਲਓ ਕਬੀਰ ਜੀ ਦਾ ਬਣਾ ਲਓ ਉਦੋਂ ਨੂੰ ਚਲਾਓ ਨਾਲੇ ਲੋਕੜ ਪੁੱਛਣਗੇ ਤੁਹਾਨੂੰ ਅੱਜ ਕੀ ਹੋਇਆ ਅੱਜ ਕੱਲੇ ਪਟਾਕੇ ਚਲਾਉਨੇ ਆ ਅੱਜ ਕੱਲੇ ਤੁਸੀਂ ਦੀਵਾਲੀ ਚਲਾਉ ਦੁਆ ਦੀਵੇ ਵਾਲੇ ਆ ਉਦੋਂ ਸਾਡੇ ਬਿਸੂ ਪਏ ਹੁੰਦੇ ਆ ਇੱਕ ਸਾਲ ਹੋ ਗਿਆ ਕਿੰਨੇ ਸਰੀਰ ਸ਼ਹੀਦ ਹੋ ਗਏ ਫੇਰ ਵੀ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਸੋਚੋ ਜਾਂ ਸਾਡਾ ਲੜਨ ਦਾ ਤਰੀਕਾ ਗੱਲ ਤੋਂ ਆ ਜਾਂ ਫਿਰ ਸਾਡੀ ਨੀਅਤ ਚ ਖੋਟ ਆ ਬਸ ਇਹ ਗੱਲ ਵਾ ਇਹਨੂੰ ਯਾਦ ਰੱਖਿਓ ਕਿਉਂਕਿ ਸਾਨੂੰ ਕਾਮਯਾਬੀ ਮਿਲਣੀ ਚਾਹੀਦੀ ਸੀ ਨਹੀਂ ਤਾਂ ਕੋਈ ਸ਼ਕਤੀ ਮਰਵਾ ਲਓ ਬਾਬੇ ਕੋਲੋਂ ਕੋਈ ਪਾਠ ਕਰਾ ਲਓ ਕਈ ਬਾਬੇ ਕਹਿੰਦੇ ਸਾਡੇ ਬੜੇ ਪੂਰੇ ਆ ਸ਼ਕਤੀਆਂ ਮਾਰ ਦਿੰਦੇ ਆ ਉਹ ਕਦੇ 100 ਲੱਖ 2 ਲੱਖ 3 ਲੱਖ ਦੇ ਕੇ ਇੱਕ ਇੱਕ ਵਧੀਆ ਜਿਹਾ ਪਾਠੇ ਕਰਾ ਲਓ ਜਿੰਨਾ ਮੋਦੀ ਮਰ ਜਾਵੇ ਜਾਂ ਕਾਨੂੰਨ ਜਿਹੜੇ ਖਤਮ ਹੋ ਜਾਣ ਕੋਈ ਕਰ ਲਓ ਕੋਈ ਸਿੱਕੇ ਇਦਾਂ ਦਾ ਉਹ ਜਿਹੜਾ ਹੈ ਜਿਹੜਾ ਹੋ ਹੀ ਨਹੀਂ ਸਕਦਾ ਅਗਲੇ ਗੱਡੀ ਮਾਰ ਕੇ ਬੰਦੇ ਮਾਰ ਕੇ ਹੋ ਗਏ ਗੱਲ ਇਹ ਆ ਕਿ ਜਿਹੜਾ ਰੱਬ ਤੁਸੀਂ ਲੈ ਕੇ ਬਾਹਰ ਤੁਰੇ ਫਿਰਦੇ ਆ ਉਹਦਾ ਕੋਈ ਵजूद ਨਹੀਂ ਤੁਹਾਡੇ ਅੰਦਰ ਵਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਦੀਰਥ ਨਾ ਵਾ ਉਹ ਜੋਤ ਤੁਹਾਡੇ ਅੰਦਰ ਵਾ ਠੀਕ ਵਾ ਪਰ ਸਾਡੇ ਅੰਦਰ ਉਹ ਜਾਤ ਦਾ ਕੋਹ ਜਿਹੜਾ ਜਾਤੀ ਸਿਸਟਮ ਉਹ ਜਾਂਦਾ ਨਹੀਂ ਅਸੀਂ ਐਦਾਂ ਦੇ ਸ਼ਬਦ ਸ਼ਬਦ ਵਰਤਦੇ ਆ ਤਾਂ ਫਿਰ ਫੇ ਫੇਸ ਕੀ ਆਸ ਰੱਖਦੇ ਹੋ ਸਾਡੇ ਨਾਲ ਖੜਨਗੇ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਉਹ ਯਾਰ ਮਜ਼ਦੂਰ ਹੈ ਕਿੱਥੇ ਆ ਉਹ ਤਾਂ ਸੰਦੇ ਵੇਓ ਇਸ ਕਰਕੇ ਜੇ ਚਾਹੋ ਨੇ ਆਪੇ ਅਸੀਂ ਕਾਮਯਾਬ ਹੋਈਏ ਆਪਾਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਲੈ ਕੇ ਚੱਲਦੇ ਆਂ ਬਾਬੇ ਇਲਫਾਫੇ ਬਾਜੀ ਨੇ ਫਿਰ ਤਾਂ ਜੋ ਬਾਬੇ ਨਾਨਕ ਨੇ ਕਿਹਾ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਫਿਰ ਮੂਰਖਾ ਆਪਣੇ ਆਪ ਨੂੰ ਜਾਤ ਦਾ ਗਰਭ ਨਾ ਕਰ ਫਿਰ ਰੋਟੀ ਬੇਟੀ ਦੀ ਸਾਂਝ ਪਾ ਜਿਹਦਾ ਹਿੰਮਤ ਹੈਗੀ ਆ ਗੱਲ ਸੁਣਨ ਦੀ ਹੱਕ ਸੱਚ ਦੀ ਗੱਲ ਕਰਨ ਦੀ ਤਾਂ ਟਣਕਾ ਕੇ ਠੋਕ ਕੇ ਕਹੋ ਨਹੀਂ ਤੇ ਸਾਡੇ ਅਰਗੇ ਨੂੰ ਨਹੀਂ ਸੁਣਨ ਦੀ ਲੋੜ ਬਲੌਕ ਕਰ ਦਿਓ ਗਾਲਾਂ ਗੋਣਾ ਕੱਢੀਆਂ ਉਹਦਾ ਵੀ ਇਲਾਜ ਹੈਗਾ ਆ ਸਾਡੇ ਕੋਲ ਚੰਗਿਆਂ ਨਾਲ ਚੰਗੇ ਆ ਅਸੀਂ ਠੀਕ ਹੈ ਜੀ ਪਰ ਅਸੀਂ ਕਿਸੇ ਨੂੰ ਨਿੱਜੀ ਨਹੀਂ ਕਹਿੰਦੇ ਪਰ ਜਿਹੜੇ ਸਾਡੇ ਰਹਿਬਰਾਂ ਦੀ ਵਿਚਾਰਧਾਰਾ ਆ ਉਹ ਪਖੰਡ ਦੇ ਖਿਲਾਫ ਵਾ ਉਹ ਇਹ ਜਿਹੜੇ ਦਿਨੇ ਦੇਵੀ ਦੇਵਤੇ ਆ ਇਹਨਾਂ ਦੇ ਖਿਲਾਫ ਵਾ ਕਿਉਂਕਿ ਇਹਨਾਂ ਨੇ ਆਪਣੇ ਨਿੱਜਲੇ ਕੰਮ ਕੀਤੇ ਹੋਣਗੇ ਇਨਸਾਨੀਅਤ ਲਈ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਸਾਡੇ ਗੁਰੂਆਂ ਨੇ ਇਨਸਾਨੀਅਤ ਲਈ ਕੰਮ ਕੀਤਾ ਸਾਡੇ ਰਹਿਬਰਾਂ ਨੇ ਸਾਡੇ ਲੋਕਾਂ ਨੂੰ ਪੜਾਇਆ ਲਿਖਾਇਆ ਦਵਾਖਾਨੇ ਖੋਲੇ ਸਤੀ ਪ੍ਰਥਾ ਖਤਮ ਕੀਤੀ ਦਾਸੀ ਪ੍ਰਥਾ ਖਤਮ ਕੀਤੀ ਇਹਨਾਂ ਨੇ ਚਲਾਈਆਂ ਇਸ ਕਰਕੇ ਵੀਰੋ ਇਕੱਠੇ ਹੋਣ ਦਾ ਮਤਲਬ ਹੁੰਦਾ ਤੁਹਾਡੀ ਸੋਚ ਇੱਕ ਹੋਵੇ ਇਕੱਠੇ ਬਹਿਣਾ ਤੁਸੀਂ ਇਕੱਠੇ ਕਦੇ ਵੀ ਨਹੀਂ ਹੋ ਸਕਦੇ ਕਿਉਂਕਿ ਤੁਹਾਡੀ ਸੋਚ ਇੱਕ ਨਹੀਂ ਸੋਚ ਆਜ਼ਾਦ ਹੋਣੀ ਚਾਹੀਦੀ ਆ ਮਨ ਨਹੀਂ ਮੱਤ ਉੱਚੀ ਹੋਣੀ ਚਾਹੀਦੀ ਆ ਗਲਤ ਨੂੰ ਗਲਤ ਕਹਿਣਾ ਆ ਰਹੀਦਾ ਹੈ ਡਿਸੀਜਨ ਮੇਕਰ ਬਣਨਾ ਚਾਹੀਦਾ ਹੈ ਹੋ ਸਕਦਾ ਤੁਹਾਡਾ ਡਿਸੀਜਨ ਗਲਤ ਹੋਵੇ ਜੇ ਤੁਸੀਂ ਹੌਲੀ ਹੌਲੀ ਡਿਸੀਜਨ ਲੈਣੇ ਸ਼ੁਰੂ ਕਰੋਗੇ ਤਾਂ ਤੁਹਾਡੇ ਡਿਸੀਜਨ ਸਹੀ ਹੋਣਗੇ ਜੇ ਚੰਨੀ ਵਰਗਾ ਬੰਦਾ ਆਇਆ ਆ ਉਹਨੂੰ ਐਪਰੀਸ਼ੀਏਟ ਕਰੋ ਉਹਦੇ ਹੱਕਾਂ 'ਚ ਖੜੋ ਜੇ ਉਹ ਵਧੀਆ ਕੰਮ ਕਰ ਗਿਆ ਤਾਂ ਕੋਈ 4 ਲੀਟਰ ਹੋਰ ਵੀ ਉਦਾਂ ਦੇ ਉੱਠਣਗੇ ਤਾਂ ਸਮਾਜ ਦੇ ਵਿੱਚ ਪਰਿਵਰਤਨ ਆਊਗਾ ਨਹੀਂ ਤਾਂ ਗੋਟ ਗਿਆਂ ਦੀਆਂ ਸੌਹਾ ਖਾ ਕੇ ਵੀ ਇਹਦਾ ਮੁਕਰੇ ਗਏ ਆ ਤਾਂ ਕੀ ਉਹਦੀ ਲਤ ਬਣ ਲਈਏ ਸਮਝ ਗਏ ਕਰ ਨਾ ਖਜ਼ਾਨੇ ਖਾਲੀ ਹੁੰਦੇ ਨਾ ਭਰੇ ਹੁੰਦੇ ਆ ਇਹ ਰਾਜਨੀਤੀ ਸਟੰਟ ਹੁੰਦਾ ਹੈ ਗਿਲਾਉਣਾ ਤੇ ਨੀਂ ਗਿਲਾ ਆਪਣੇ ਆ ਤੇ ਆ ਜਿਹੜੇ ਸਾਨੂੰ ਸਮਝਾਉਂਦੇ ਸੀ ਜਿਹਨੂੰ ਸਾਨੂੰ ਸਾਨੂੰ ਪ੍ਰਚਾਰ ਕਹਿੰਦੇ ਸੀ ਐਦਾਂ ਐਦਾਂ ਉਹ ਅੱਜ ਆਪੇ ਬਦਲ ਗਏ ਇਸ ਕਰਕੇ ਮੈਂ ਬੇਨਤੀ ਕਰਦਾ ਨਹੀਂ ਤਾਂ ਹਿੰਮਤ ਹੋਈ ਤੇ ਸ਼ੇਅਰ ਕਰ ਦਿਓ ਨਹੀਂ ਤਾਂ ਡਿਲੀਟ ਕਰ ਦਿਓ ਕੋਈ ਐਡੇ ਵੀ ਚਾ ਨਹੀਂ ਚੜਿਓ ਮੈਂ ਬਹੁਤ ਔਖਾ ਹੋ ਗਿਆ ਅੱਜ ਆਹ ਤੁਹਾਡੇ ਨਾਲ ਲਾਈਵ ਹੋਇਆ ਉਹ ਵੀ ਵੀਰ ਨੇ ਮੈਨੂੰ ਕਿਹਾ ਸੀ ਕਿ ਇਹ ਦੀਵਾਲੀਆਂ ਦਸਹਰੇਆਂ ਇਹ ਇਹ ਤਾਂ ਸਾਡੇ ਅੰਦਰ ਨਾ ਕਦੇ ਇਦਾਂ ਹੋਈ ਹੀ ਨਹੀਂ ਸਾਡੇ ਸਮਾਜ ਦੇ ਭਈ ਗਰੀਬ ਤੋਂ ਗਰੀਬ ਵੀ 1200 ਰੁਪਏ ਖਰਚੂਗਾ ਜ਼ਰੂਰ ਅਸੀਂ ਪੂਛ ਚੜਾਉਣੀ ਤੇ ਲਾਉਣੀ ਆ ਅਸੀਂ ਅੱਗ ਲਾਉਣੀ ਹੀ ਲਾਉਣੀ ਆ ਇਸ ਕਰਕੇ ਜਿਹੜੇ ਨਵੀਆਂ ਜਨਰੇਸ਼ਨਾਂ ਜਿਹੜੇ ਨਵੇਂ ਬੰਦੇ ਆ ਜਿਹੜੇ ਨਵੇਂ ਨਿਆਣੇ ਆ ਨੇੜੇ ਬੱਚੇ ਆ ਸਾਡੇ ਕਰੁੰਬਲੇ ਆ ਉਹਨਾਂ ਨੂੰ ਨਾ ਇਸ ਪਾਸੇ ਲਾਓ ਹਾਂ ਉਹਨਾਂ ਦਾ ਵੀ ਦਿਲ ਕਰਦਾ ਪਿਕਨਿਕ ਮਨਾਉ ਨੂੰ ਉਹਨਾਂ ਦਾ ਵੀ ਦਿਲ ਕਰਦਾ ਉਹਦਾ ਦਾ ਤਰੀਕਾ ਬਦਲੋ ਉਹਨਾਂ ਨੂੰ ਪਾਰਕਾਂ ਚ ਲੈ ਜਾਓ ਠੀਕ ਹੈ ਉਹਨਾਂ ਨੂੰ ਦਿਨ ਦੱਸੋ ਆਪਣੇ ਰਹਿਬਰਾਂ ਦੇ ਉਸ ਦਿਨ ਮਨਾਓ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਪਰ ਸਾਡਾ ਤਾਂ ਅਸੀਂ ਤਾਂ ਛੱਜ ਚੱਕਿਆ ਆ ਵੀ ਚਲੋ ਜੀ ਮੋਰੇ ਹੋ ਹੋ ਗਏ ਜੇ ਕਿਤੇ ਬਾਬਾ ਸਾਹਿਬ ਦਾ ਦਿਨ ਮਨਾਉਣਾ ਹੋਵੇ ਤਾਂ ਕੋਈ 10 ਰੁਪਏ ਨਹੀਂ ਦਿੰਦਾ ਇਦਾਂ ਨੂੰ ਤੁਸੀਂ ਚੱਲ ਜਿੱਨੇ ਮਰਜੀ ਦੇ ਦਿਜੋ ਉਹ ਕਹਿੰਦਾ ਜੀ ਅਸੀਂ ਤਾਂ ਰਾਮ ਰੀਲਾ ਦੇ ਵਿੱਚ ਹਿੱਸਾ ਪਾਇਆ ਮੈਂ ਪੁੱਛਦਾ ਉਹਨਾਂ ਬਾਲਮੀਕ ਭਾਈ ਚਰਿਆ ਨੂੰ ਬੇਨਤੀ ਕਰਕੇ ਆ ਤੇ ਫਿਰ ਉਹ ਪੁੱਛਦਾ ਕਿ ਸ਼ੰਭੂ ਕ੍ਰਿਸ਼ੀ ਨੂੰ ਰਾਮ ਨੇ ਕਾਲੇ ਮਾਰਿਆ ਯਾਰ ਸ਼ੰਭੂ ਨੇ ਕੀ ਬਿਗਾੜਿਆ ਸੀਗਾ ਰਾਵਣਾਰਕਾ ਮਹਾਤਮਾ ਜੇ ਕੋਈ ਉਹਦੀ ਭੈਣ ਨੂੰ ਹੱਥ ਪਾਊਗਾ ਛੱਡੂਗਾ ਸਾਡੀ ਭੈਣ ਨੂੰ ਕੋਈ ਹੱਥ ਪਾਊ ਅਸੀਂ ਛੱਡਾਂਗੇ ਇਹ ਇਸ ਕਰਕੇ ਆਪਣੇ ਵੀਰੋ ਭਰਾਵੋ ਇਕੱਠੇ ਹੋਵੋ ਇੱਕ ਹੋਵੋ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਤਿਆ ਸੇ ਸਾਰਿਆਂ ਨੂੰ ਇੱਕ ਬਾਟੇ ਦੇ ਵਿੱਚ ਖੰਡੇ ਬਾਟੇ ਦੀ ਪਹੁੰਚ ਆ ਗਈ ਆ ਵੀ ਆਪਾਂ ਭਾਈ ਬਣੇ ਭਰਾ ਬਣੇ ਠੀਕ ਆ ਪਰ ਅਸੀਂ ਅਸੀਂ ਭਰਾ ਬਣੇ ਨਹੀਂ ਅਸੀਂ ਸਿਰਫ ਅਮਰਤੇ ਛਕ ਲਿਆ ਬਾਹਰੋਂ ਸ੍ਰੀ ਚੱਪ ਆ ਲਿਆ ਫਿਰ ਜੱਟ ਸਿੰਘ ਭਾਪੇ ਸਿੱਖ ਆਰਾਮ ਗੜੀਏ ਸੇਕਰ ਅਮਦਾਸੀ ਸੇਕਰ ਔੜੇ ਸੇ ਕਿੱਡੇ ਕਿਸੇ ਕ ਬਣ ਗਏ ਸਿਵੇ ਬਖਰੇਆ ਸਾਡੇ ਤੇ ਗੱਲਾਂ ਕਾੜੀ ਕਿਹੜੀ ਏਕਤਾ ਦੀਆਂ ਕਰਦੇ ਆਂ ਇਸ ਕਰਕੇ ਜਿੰਨੇ ਵੀ ਸਰੀਰ ਮੈਨੂੰ ਸੁਣਦੇ ਆ ਵੀਰੋ ਮੇਰੇ ਕੋਲ ਬਹੁਤ ਜ਼ਿਆਦਾ ਔਖਾਂ ਆ ਇਸ ਵੇਲੇ ਸਰੀਰਕ ਤੰਗੀ ਕਰਕੇ ਬਹੁਤਾ ਲਾਈਵ ਨਹੀਂ ਹੋ ਸਕਿਆ ਤੇ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਜਿੰਨਾ ਚਿਰ ਸਾਹ ਹੈਗੇ ਆ ਅਸੀਂ ਜਿਹੜਾ ਇਹ ਲੜਾਈ ਆ ਮਨੁਬਾਦ ਦੇ ਖਿਲਾਫ ਸੰਘਾਰ ਚ ਜਾਰੀ ਰੱਖਾਂਗੇ ਸਾਡੇ ਬੱਚੇ ਵੀ ਤੇ ਅਸੀਂ ਵੀ ਤੇ ਸਾਡਾ ਸਿਰਫ ਤੁਹਾਡੇ ਸਾਥ ਦੀ ਲੋੜ ਆ ਸਾਥ ਇਹ ਹੀ ਹੁੰਦਾ ਕਿ ਜਿੰਨੀ ਅਸੀਂ ਗੱਲ ਕਹੀ ਹੈ ਕਿ ਸ਼ੇਅਰ ਕਰ ਦੋਗੇ ਤਾਂ ਗਾਹ ਪਹੁੰਚੋਗੇ ਨਹੀਂ ਤੇ ਲਾਈਕ ਤਾਂ ਸਾਰੀ ਦੁਨੀਆ ਵਿੱਚੋਂ ਨਹੀਂ ਵੀ ਕਰਦੇ ਤੇ ਮੈਂ ਜਿਹੜੇ ਬੰਦੇ ਨਹੀਂ ਲਾਈਕ ਕਰਦੇ ਉਹਨਾਂ ਨੂੰ ਵੀ ਮੈਂ ਕਹਿਣਾ ਹੁਣਾਂ ਤੁਸੀਂ ਆਪਣਾ ਪੱਖ ਰੱਖੋ ਤੁਸੀਂ ਵੀ ਦੱਸੋ ਕਿ ਕਿੱਦਾਂ ਬਦਲਾਵਾ ਆ ਸਕਦਾ ਕਿਸੇ ਬਾਬੇ ਦੀਆਂ ਲੱਤਾਂ ਕੁੱਟ ਕੇ ਕਿਸੇ ਭੋਰੇ 'ਚ ਬਹਿ ਕੇ ਕੋਈ ਸ਼ਕਤੀ ਹੈਗੀ ਆ ਕੋ ਮੋਦੀ ਦੀ ਸ਼ਕਤੀ ਵੱਜ ਸਕਦੀ ਆ ਨਹੀਂ ਵੱਜ ਸਕਦੀ ਪਾਵਰ ਕ੍ਰੀਏਟ ਕਰਨੀ ਪੈਂਦੀ ਆ ਇਸ ਕਰਕੇ ਆਪਣੇ ਆਪ ਨੂੰ ਪਹਿਲਾਂ ਤਾਂ ਇੱਕ ਕੁਆਲਿਟੀ 'ਚ ਲਿਆਓ ਅੰਦਰੋਂ ਜਾਤ ਪਾਤ ਦਾ ਕੋੜ ਖਤਮ ਕਰੋ ਮਜ਼ਦੂਰਾਂ ਨੂੰ ਨਾਲ ਰੱਖੋ ਉਹਨਾਂ ਦੀ ਗੱਲ ਵੀ ਕਰੋ ਤਾਂ ਗੱਲ ਬਣਨੀ ਆ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਇਹ ਗੁਰੂ ਸਾਹਿਬ ਨੇ ਦਿੱਤੀ ਆ ਤੇ ਗੱਲਾਂ ਨਹੀਂ ਕੀਤੀਆਂ ਗੁਰੂ ਸਾਹਿਬ ਨੇ ਦਿੱਤੀ ਆ ਬਾਦਸ਼ਾਹੀ ਸਾਨੂੰ ਮਟਾਇਲਟੀ ਤੋਂ ਰਾਜੇ ਬਣਾਇਆ ਸ਼ੇਰ ਨੂੰ ਕਹਿਣਾ ਨਹੀਂ ਪੈਂਦਾ ਮੈਂ ਜੰਗਲ ਦਾ ਰਾਜਾ ਆ ਇਹ ਕਨਸਟੀਟਿਊਸ਼ਨ ਕਿਸੇ ਬੰਦੇ ਦਾ ਨਹੀਂ ਲਿਖਿਆ ਆ ਇਹ ਬਾਬਾ ਸਾਹਿਬ ਨੇ ਵੀ ਜਿਹੜੇ ਜੇ ਹੁੰਦੇ ਹਨ ਐਵੇਂ ਆਮ ਇਨਸਾਨ 32 ਡਿਗਰੀਆਂ ਦਾ ਮਾਲਕ 32 ਡਿਗਰੀਆਂ ਉਹਨੇ ਹਾਸਲ ਕੀਤੀਆਂ ਹੋਗੀਆਂ ਵਿਦਵਾਨ ਬਣਿਆ ਹੋਊਗਾ ਆਮ ਬੰਦਾ ਨਹੀਂ ਸੀ ਉਹ ਤੇ ਤਾਂ ਕਿਤੇ ਉਹਨੂੰ ਲਿਖਣ ਦਾ ਇਹ ਤਾਂ ਉਹਨੇ ਲਿਖਿਆ ਨਹੀਂ ਤਾਂ ਕਦੇ ਵੀ ਇਹ ਜਿਹੜੇ ਉਪਰ ਕਾਸਟ ਵਾਲੇ ਲੋਕ ਆ ਉਹਨੂੰ ਸੰਵਿਧਾਨ ਲਿਖਣ ਦੇਂਦੇ ਜੇ ਐਜੂਕੇਸ਼ਨ ਦਾ ਆਧਾਰ ਹੁੰਦਾ ਐਜੂਕੇਸ਼ਨ ਦੇ ਆਧਾਰ ਤੇ ਚੁਣਿਆ ਜਾਂਦਾ ਪ੍ਰਧਾਨ ਮੰਤਰੀ ਤਾਂ 바ਵਾ ਸਾਹਿਬ ਚੁਣੇ ਜਾਣੇ ਚਾਹੀਦੇ ਸੀ ਪਰ ਜਾਤ ਦੇ ਆਧਾਰ ਤੇ ਚੁਣਿਆ ਗਿਆ ਪੰਡਤ ਜਾਲ ਜਵਾਲਾ ਨਹਿਰੂ ਸਾਡੇ ਗਾਂਧੀ ਤੇ ਬਾਪੂ ਚਾਚੇ ਤੇ ਉਹ ਬਣਾਏ ਗਏ ਸੰਵਿਧਾਨ ਪੜਾਇਆ ਗਏ ਨੇ ਇਸ ਕਰਕੇ ਅਸੀਂ ਲੀਕ ਖਿੱਚ ਕੇ ਲੜ ਰਹੇ ਆ ਅਸੀਂ ਕਿਸੇ ਕੋ ಸ್ಪਸ਼ਟਿਕਾ ਨਾ ਲਈਦਾ ਨਾ ਦੇਈਦਾ ਜਿਹੜੀ ਗੱਲ ਹੈਗੀ ਉਹ ਕਹੀਦੀ ਆ ਜਿੱਦਾਂ ਦਾ ਜਿੱਦਾਂ ਕੋਈ ਪੁੱਛਦਾ ਜਵਾਬ ਉਦਾਂ ਦੇਈਦਾ ਠੀਕ ਵਾ ਬਾਕੀ ਕਿਸੇ ਨੂੰ ਜਗ੍ਹਾ ਚੰਗੀ ਲੱਗਦੀ ਹੈ ਠੀਕ ਵਾ ਸ਼ੇਅਰ ਕਰਦੇ ਹੋ ਨਹੀਂ ਤਾਂ ਡਿਲੀਟ ਕਰਦੇ ਬਲੌਕ ਕਰਦੇ ਸਭ ਦਾ ਦਾ ਤਰੀਕਾ ਆ ਇਹ ਕੋਈ ਜ਼ਬਰਦਸਤੀ ਥੋੜੋ ਆ ਪਰ ਜਿਹੜੀ ਮੈਂ ਬੇਨਤੀ ਆਪਣੀ ਜਿੰਨੇ ਵੀ ਵੀਰ ਆਪਣੇ ਨਾਲ ਜੁੜਿਓ ਆ ਵੀਰੋ ਆਪਣੇ ਘਰਾਂ ਦੇ ਵਿੱਚੋਂ ਇਹ ਮਨੁਬਾਦੀ ਸਿਸਟਮ ਨੂੰ ਕੱਢੋ ਜਿੱਦ ਦੇਨ ਮਨਾਉਣੇ ਆ ਅੱਗੇ ਪਿੱਛੇ ਮਨਾਓ ਆਪਣੇ ਬੱਚਿਆਂ ਨੂੰ ਦੱਸੋ ਕਿ ਸਾਡੇ ਜਿਹੜੇ ਰਹਿਬਰ ਆ ਸੀਗੇ ਇਹਨਾਂ ਨੇ ਸਾਡੇ ਲਈ ਆ ਕੀਤਾ ਹੈ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਇਨਸਾਨੀਅਤ ਜ਼ਿੰਦਾਬਾਦ